ਬ੍ਰੈਕਫਾਸਟ ਬਾਅਦ 'ਚ ਸਵਾਗਤ ਹੈ ਤੁਹਾਡਾ। ਹਰ ਵੀਕ ਦੀ ਤਰ੍ਹਾਂ ਇਸ ਵੀਕ ਵੀ ਅਸੀਂ ਡਿਫਰੈਂਟ ਇਵੈਂਟਸ ਪੂਰੇ ਇੱਕ ਵੀਕ ਦੀ ਅਪਡੇਟ ਲੈ ਕੇ ਆਏ ਹਾਂ। ਉਮੀਦ ਕਰਨੇ ਤੁਸੀਂ ਪਸੰਦ ਕਰੋਗੇ। ਹਮੇਸ਼ਾ ਦੀ ਤਰ੍ਹਾਂ ਰੱਬ ਦੇ ਨਾਂ ਤੋਂ ਇਹ ਪ੍ਰੋਗਰਾਮ ਵੀ ਸ਼ੁਰੂ ਕਰਾਂਗੇ ਔਰ ਤੁਹਾਨੂੰ ਖਾਸ ਤੌਰ 'ਤੇ ਦੱਸਾਂਗੇ ਕਿ ਸਾਡੀ ਇੱਕ ਪੰਜਾਬੀ ਫਿਲਮ ਰਿਲੀਜ਼ ਹੋਈ ਹੈ ਇਸ ਵੀਕਐਂਡ 'ਤੇ, ਯਾਰਾ ਦਿਲਦਾਰਾ ਨਾਂ ਹੈ ਉਹਦਾ। ਇਟਸ ਅ ਗੁੱਡ ਫੈਮਿਲੀ ਮੂਵੀ। ਆਈ ਵਿਲ ਸੋਲਿਡਲੀ ਰਿਕਮੈਂਡ ਯੂ ਟੂ ਗੋ ਐਂਡ ਵਾਚ ਦੈਟ ਮੂਵੀ, ਕਿਉਂਕਿ ਅਸੀਂ ਆਪਣੇ ਪੰਜਾਬੀ ਕਲਚਰ ਨੂੰ ਜ਼ਿੰਦਾ ਰੱਖਣਾ ਹੈ ਔਰ ਇਸ ਤਰ੍ਹਾਂ ਦੀਆਂ ਮੂਵੀਆਂ ਜਿਹੜੀਆਂ ਅਸੀਂ ਫੈਮਿਲੀ ਦੇ ਨਾਲ ਦੇਖ ਸਕੀਏ ਸ਼ੁੱਡ ਬੀ ਸਪੋਰਟਡ। ਇਸ ਤੋਂ ਇਲਾਵਾ ਅੰਟੇਰੀਓ ਇਲੈਕਸ਼ਨ ਦੀ ਗਹਿਮਾ ਗਹਿਮੀ ਦੇ ਮੁਤਾਬਕ ਕੁਛ ਤੁਹਾਨੂੰ ਪੀ ਸੀ ਪਾਰਟੀ ਦੇ ਕੁਛ ਲਿਬਰਲਸ ਦੇ ਇਵੈਂਟਸ ਦਿਖਾਵਾਂਗੇ। ਆਈ ਹੋਪ ਯੂ ਲਾਈਕ ਦਾ ਪ੍ਰੋਗਰਾਮ। ਥੈਂਕ ਯੂ। जब लड़की अपनी स्किन की वजह से परेशान हो तो फिकर की क्या बात है, लेजर स्पॉट है ना। लेजर स्पॉट, फोटो फेशियल, थर्माज, एंटी एजिंग, लेजर हेयर रिमूवल, लेजर स्पॉट, वेयर ब्यूटी मीट्स एलिगेंट प्रोफेशनल्स। लेजर स्पॉट, हाईवे 10 और क्वींस के संगम पर। कॉल शैला 9054872680। Welcome to the Blue Green Systems. Would you like to receive a check from the Government of Ontario for the next 20 years? Well, you can by having Blue Green Systems install the solar panels on your rooftop. It's that easy. ਮੈਂ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦਾ। ਤੁਸੀਂ ਮੈਨੂੰ ਪਿਛਲੇ 8 ਸਾਲਾਂ ਦੇ ਵਿੱਚ ਤੁਹਾਡਾ MPP ਬਣਨ ਦਾ ਮੌਕਾ ਦਿੱਤਾ। ਮੈਂ ਇਸ ਵਾਰੀ ਫਿਰ ਤੁਹਾਡਾ ਮੈਂ ਵਿਸ਼ਵਾਸ ਮੰਗਦਾ ਹਾਂ। ਮੈਂ ਇਲੈਕਸ਼ਨ ਤਾਂ ਲੜ ਰਿਹਾ ਕਿਉਂਕਿ ਸਾਡੀ ਸਰਕਾਰ ਦੀਆਂ ਬਹੁਤ ਜ਼ਿਆਦਾ ਪ੍ਰਾਪਤੀਆਂ ਨੇ ਅਤੇ ਮੈਂ ਪ੍ਰਾਪਤੀਆਂ ਨੂੰ ਗਵਾਉਣਾ ਨਹੀਂ ਚਾਹੁੰਦਾ। ਮੇਰਾ ਕੈਂਪੇਨ ਆਫਿਸ ਖੁੱਲ੍ਹ ਗਿਆ ਹੈ ਅਤੇ ਮੈਂ ਹੱਥ ਬੰਨ ਕੇ ਤੁਹਾਡੀ ਬੇਨਤੀ ਕਰਦਾ ਵੀ ਪਲੀਜ਼ ਮੇਰੀ ਕੈਂਪੇਨ ਦੀ ਹੈਲਪ ਕਰੋ। ਮੈਂ ਤੁਹਾਡਾ ਬਹੁਤ ਬਹੁਤ ਧੰਨਵਾਦੀ ਹਾਂ। ਸਤਿ ਸ਼੍ਰੀ ਅਕਾਲ। ਜਦੋਂ ਤੁਹਾਡਾ ਐਕਸੀਡੈਂਟ ਹੋ ਜਾਂਦਾ ਹੈ ਤੁਹਾਡੇ ਪਾਸ ਕਈ ਤਰ੍ਹਾਂ ਦੇ ਸਵਾਲ ਹੁੰਦੇ ਹਨ। ਕਦੇ ਵੀ ਆਪਣਾ ਕਲੇਮ ਆਪਣੇ ਆਪ ਸੈਟਲ ਕਰਨ ਦੀ ਕੋਸ਼ਿਸ਼ ਨਾ ਕਰੋ। ਆਪਣੇ ਹੱਕਾਂ ਲਈ ਇੱਕ ਬਹੁਤ ਹੀ ਤਜਰਬੇਕਾਰ ਪਰਸਨਲ ਇੰਜਰੀ ਲਾਇਰ ਰਮੇਸ਼ ਸੰਗਾ ਨੂੰ ਮਿਲੋ। ਤੁਰੰਤ ਸਾਡੀਆਂ ਸੇਵਾਵਾਂ ਲਿਆਓ ਤੇ ਵਧੀਆ ਤੋਂ ਵਧੀਆ ਮੁਆਵਜ਼ਾ ਲਾਓ। ਹਮ ਰੀਅਲ ਸਟੇਟ, ਫੈਮਿਲੀ ਲਾਅ ਔਰ ਇਮੀਗ੍ਰੇਸ਼ਨ ਮੇਂ ਵੀ ਸਰਵਿਸਿਜ਼ ਦੇਤੇ ਹੈਂ। 905-670-9911। अपने कारोबार की तरक्की के लिए प्रिंट पब्लिसिटी और बेहतरीन प्रिंटिंग के लिए सिर्फ एक ही नाम, साइंस टू गो। जहां जदीद टेक्नोलॉजी से स्टोर फ्रंट साइंस, चैनल लेटर्स, बैनर्स, रियल स्टेट साइंस, सैंडविच बोर्ड्स, व्हीकल ग्राफिक्स, बिजनेस कार्ड्स, पोस्ट कार्ड्स, लेबल्स, फ्लायर्स आपके बजट और आपके वक्त पे बनाए जाते हैं। आपका काम सिर्फ सोचना है क्योंकि वी प्रिंट योर थॉट्स। साइंस टू गो। Welcome to the Blue Green Systems. ਕੀ ਤੁਸੀਂ ਅੰਟੇਰੀਓ ਸਰਕਾਰ ਕੋਲੋਂ 20 ਸਾਲ ਤੱਕ ਚੈੱਕ ਲੈਣਾ ਚਾਹੁੰਦੇ ਹੋ? ਬਹੁਤੀ ਜਾਣਕਾਰੀ ਲਈ ਸਾਡੀ ਸਕਰੀਨ 'ਤੇ ਲਿਖਿਆ ਹੋਇਆ ਨੰਬਰ 'ਤੇ ਸਾਨੂੰ ਕੰਟੈਕਟ ਕਰੋ। ਮੇਰਾ ਨਾਮ ਦਲਵੀਰ ਸਿੰਘ ਕਥੂਰੀਆ, ਮੈਂ ਬ੍ਰੈਂਪਟਨ ਵੈਸਟ ਤੋਂ NDP ਦਾ ਕੈਂਡੀਡੇਟ ਹਾਂ ਔਰ ਤੁਹਾਨੂੰ ਸਾਰਿਆਂ ਨੂੰ ਹੀ ਰਿਕੁਐਸਟ ਕਰਦਾ ਹਾਂ ਕਿ ਆਪਾਂ ਦੋ ਸਰਕਾਰਾਂ ਜਿਹੜੀਆਂ ਨੇ ਕਿ ਦੇਖ ਲਈਆਂ ਨੇ, 8 ਸਾਲ ਆਪਣਾ PC ਪਾਰਟੀ ਨੇ ਆਪਣਾ ਪੂਰਾ ਜ਼ੋਰ ਲਾ ਕੇ ਤੁਹਾਡੀ ਸੇਵਾ ਕੀਤੀ ਹੈ ਔਰ 8 ਸਾਲ ਡਾਕਟਰ ਮੁਕੇਟੀ ਸਾਹਿਬ ਨੇ ਆਪਣੀ ਸਰਕਾਰ ਚਲਾਈ ਹੈ। ਹੁਣ ਮੌਕਾ ਹੈ ਚੇਂਜ ਦਾ ਔਰ ਚੇਂਜ ਜਿਹੜੀ ਰਾਈਟ ਚੇਂਜ ਜਿਹੜੀ ਕਹਿੰਦੀ ਕਿ ਪੁੱਟ ਦਾ ਪੀਪਲ ਫਸਟ। ਆਪਾਂ ਹੁਣ ਸਾਰੇ ਇਕੱਠੇ ਹੋ ਕੇ NDP ਨੂੰ ਵੋਟ ਪਾਈਏ, ਦਲਵੀਰ ਸਿੰਘ ਕਥੂਰੀਆ ਨੂੰ ਵੋਟ ਪਾਈਏ ਤਾਂ ਕਿ ਆਪਾਂ ਕੁਝ ਚੇਂਜ ਲਿਆ ਸਕੀਏ, ਬ੍ਰਹਮਟਨ ਵਾਸਤੇ ਕੁਝ ਚੰਗਾ ਸੋਚ ਸਕੀਏ। ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਸਾਡੀ ਅੰਥਿਕ ਮਿਹਨਤ ਦਾ ਹੀ ਨਤੀਜਾ ਹੈ ਕਿ ਅਸੀਂ ਇੰਟੀਰੀਅਰ ਵਿੱਚ ਅਮੈਰੀਕਾ ਦੇ ਮੁਕਾਬਲੇ ਬਹੁਤ ਜੋਬਸ ਪੈਦਾ ਕੀਤੀਆਂ ਹਨ। ਇੰਟੀਰੀਅਰ ਦਾ ਵਿਦਿਅਕ ਸਿਸਟਮ ਅੱਜ ਦੁਨੀਆ ਭਰ ਵਿੱਚ ਪਹਿਲੇ ਨੰਬਰ 'ਤੇ ਹੈ। ਅਸੀਂ ਨਵੇਂ ਹਸਪਤਾਲ, ਨਵੇਂ ਸਕੂਲ, ਨਵੀਆਂ ਸੜਕਾਂ ਅਤੇ ਦਾ ਨਿਰਮਾਣ ਬੜੀ ਤੇਜ਼ੀ ਨਾਲ ਕਰ ਰਹੇ ਹਾਂ। ਮੇਰੀ ਬੈਕਗਰਾਉਂਡ ਫਾਈਨੈਂਸ ਵਿੱਚ ਹੋਣ ਕਰਕੇ ਮੈਂ ਇਹ ਬੜੇ ਵਿਸ਼ਵਾਸ ਨਾਲ ਕਹਿ ਸਕਦਾ ਹਾਂ ਕਿ ਇੰਟੀਰੀਅਰ ਅੱਜ ਤਰੱਕੀ ਦੇ ਰਾਹ 'ਤੇ ਹੈ, ਪਰ ਸਾਨੂੰ ਹਾਲਿਆਂ ਵੀ ਬਹੁਤ ਕੁਝ ਕਰਨ ਦੀ ਲੋੜ ਹੈ। ਇਸ ਤਰੱਕੀ ਨੂੰ ਜਾਰੀ ਰੱਖਣ ਲਈ ਇਹਨਾਂ ਇਲੈਕਸ਼ਨਾਂ ਵਿੱਚ
ਤੁਹਾਡੇ ਸਮਰਥਨ ਨਾਲ ਮੈਂ ਹਾਂ ਮਿਸੀਸਾਗਾ ਐਰਨਡੇਲ ਤੋਂ ਤੁਹਾਡਾ ਲਿਬਰ ਪਾਰਟੀ ਦਾ ਕੈਂਡੀਡੇਟ ਹਰਿੰਦਰ ਤੱਕਰ। ਅਸੀਂ ਇੰਟੀਰੀਅਰ ਵਿੱਚ ਅਮੈਰੀਕਾ ਦੇ ਮੁਕਾਬਲੇ ਬਹੁਤ ਜੋਬਸ ਪ੍ਰੋਡਿਊਸ ਕੀਤੀਆਂ ਹਨ। ਸਾਡਾ ਵਿੱਦਿਅਕ ਸਿਸਟਮ ਅੱਜ ਦੁਨੀਆ ਭਰ ਵਿੱਚ ਪਹਿਲੇ ਨੰਬਰ 'ਤੇ ਹੈ। ਅਸੀਂ ਨਵੀਆਂ ਸੜਕਾਂ, ਨਵੇਂ ਬ੍ਰਿਜਸ, ਨਵੇਂ ਸਕੂਲ ਅਤੇ ਨਵੇਂ ਹੋਸਪਿਟਲ ਦਾ ਨਿਰਮਾਣ ਬਹੁਤ ਤੇਜ਼ੀ ਨਾਲ ਕਰ ਰਹੇ ਹਾਂ, ਪਰ ਸਾਨੂੰ ਹਾਲਾਂ ਵੀ ਬਹੁਤ ਕੁਝ ਕਰਨ ਦੀ ਲੋੜ ਹੈ। ਇਸ ਲਈ ਆਉਣ ਵਾਲੀਆਂ ਇਲੈਕਸ਼ਨਾਂ ਵਿੱਚ ਤੁਹਾਡੇ ਸਹਿਯੋਗ ਨਾਲ ਮੈਂ ਹਾਂ ਮਿਸੀਸਾਗਾ ਐਰਨਡੇਲ ਤੋਂ ਤੁਹਾਡਾ ਲਿਬਰਲ ਕੈਂਡੀਡੇਟ ਹਰਿੰਦਰ ਤੱਕਰ। ਓਨਟਾਰੀਓ ਦੇ ਵਿੱਚ ਵਸਣ ਵਾਲਾ ਅੱਜ ਹਰ ਵਿਅਕਤੀ ਪਰੇਸ਼ਾਨ ਹੈ। ਮਾਪੇ ਆਪਣੇ ਛੋਟੇ ਬੱਚਿਆਂ ਦੇ ਭਵਿੱਖ ਨੂੰ ਲੈ ਕੇ ਪਰੇਸ਼ਾਨ ਨੇ, ਬਜ਼ੁਰਗ ਆਪਣੇ ਭਵਿੱਖ ਨੂੰ ਲੈ ਕੇ ਪਰੇਸ਼ਾਨ ਨੇ, ਨੌਜਵਾਨਾਂ ਦੇ ਕੋਲ ਨੌਕਰੀਆਂ ਨਹੀਂ, ਹੈਲਥ ਸੇਵਾਵਾਂ ਦਾ ਇਸ ਵੇਲੇ ਮੰਦਾ ਹਾਲ ਹੈ ਤੇ ਆਟੋ ਇੰਸ਼ੋਰੈਂਸ ਅਸਮਾਨ ਛੂ ਰਹੀ ਹੈ। ਇਹਨਾਂ ਸਾਰੀਆਂ ਸਮੱਸਿਆਵਾਂ ਦਾ ਹੱਲ ਆਓ ਇੱਕ ਜ਼ੋਰਦਾਰ ਆਵਾਜ਼ ਕੁਈਨਸ ਪਾਰਕ ਦੇ ਵਿੱਚ ਪਹੁੰਚਾਈਏ। ਪੈਮ ਹੁੰਦਲ ਬ੍ਰੈਂਪਟਨ ਸਪ੍ਰਿੰਗਡੇਲ ਤੋਂ ਪੀਸੀ ਦੇ ਉਮੀਦਵਾਰ। Vote for Pam Hundle, PC candidate, Brampton Springdale. Thank you.
जब लड़की अपनी स्किन की वजह से परेशान हो तो फिकर की क्या बात है, लेजर स्पॉट है ना। लेजर स्पॉट, फोटो फेशियल, थर्माज, एंटी एजिंग, लेजर हेयर रिमूवल, लेजर स्पॉट, वेयर ब्यूटी मीट्स एलिगेंट प्रोफेशनल्स। लेजर स्पॉट, हाईवे 10 और क्वींस के संगम पर। कॉल शैला 9054872680। Would you like to receive a check from the Government of Ontario for the next 20 years? Well, you can by having Blue Green Systems install the solar panels on your rooftop. It's that easy. ਮੈਂ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦਾ। ਤੁਸੀਂ ਮੈਨੂੰ ਪਿਛਲੇ 8 ਸਾਲਾਂ ਦੇ ਵਿੱਚ ਤੁਹਾਡਾ MPP ਬਣਨ ਦਾ ਮੌਕਾ ਦਿੱਤਾ। ਮੈਂ ਇਸ ਵਾਰੀ ਫੇਰ ਤੁਹਾਡਾ ਮੈਂ ਵਿਸ਼ਵਾਸ ਮੰਗਦਾ ਹਾਂ। ਮੈਂ ਇਲੈਕਸ਼ਨ ਤਾਂ ਲੜ ਰਿਹਾ ਕਿਉਂਕਿ ਸਾਡੀ ਸਰਕਾਰ ਦੀਆਂ ਬਹੁਤ ਜ਼ਿਆਦਾ ਪ੍ਰਾਪਤੀਆਂ ਨੇ ਅਤੇ ਮੈਂ ਪ੍ਰਾਪਤੀਆਂ ਨੂੰ ਗੁਆਉਣਾ ਨਹੀਂ ਚਾਹੁੰਦਾ। ਮੇਰਾ ਕੈਂਪੇਨ ਆਫਿਸ ਖੁੱਲ੍ਹ ਗਿਆ ਹੈ ਅਤੇ ਮੈਂ ਹੱਥ ਬੰਨ ਕੇ ਤੁਹਾਡੀ ਬੇਨਤੀ ਕਰਦਾ ਵੀ ਪਲੀਜ਼ ਮੇਰੀ ਕੈਂਪੇਨ ਦੀ ਹੈਲਪ ਕਰੋ। ਮੈਂ ਤੁਹਾਡਾ ਬਹੁਤ ਬਹੁਤ ਧੰਨਵਾਦੀ ਹਾਂ। ਸਤਿ ਸ਼੍ਰੀ ਅਕਾਲ। ਜਦੋਂ ਤੁਹਾਡਾ ਐਕਸੀਡੈਂਟ ਹੋ ਜਾਂਦਾ ਹੈ ਤੁਹਾਡੇ ਪਾਸ ਕਈ ਤਰ੍ਹਾਂ ਦੇ ਸਵਾਲ ਹੁੰਦੇ ਹਨ। ਕਦੇ ਵੀ ਆਪਣਾ ਕਲੇਮ ਆਪਣੇ ਆਪ ਸੈਟਲ ਕਰਨ ਦੀ ਕੋਸ਼ਿਸ਼ ਨਾ ਕਰੋ। ਆਪਣੇ ਹੱਕਾਂ ਲਈ ਇੱਕ ਬਹੁਤ ਹੀ ਤਜਰਬੇਕਾਰ ਪਰਸਨਲ ਇੰਜਰੀ ਲਾਇਰ ਰਮੇਸ਼ ਸੰਗਾ ਨੂੰ ਮਿਲੋ। ਤੁਰੰਤ ਸਾਡੀਆਂ ਸੇਵਾਵਾਂ ਲਈ ਆਓ ਤੇ ਵਧੀਆ ਤੋਂ ਵਧੀਆ ਮੁਆਵਜ਼ਾ ਲਓ। ਹਮ ਰੀਅਲ ਸਟੇਟ, ਫੈਮਿਲੀ ਲਾਅ ਔਰ ਇਮੀਗ੍ਰੇਸ਼ਨ ਮੇਂ ਵੀ ਸਰਵਿਸਿਜ਼ ਦੇਤੇ ਹੈਂ। 905-670-9911। अपने कारोबार की तरक्की के लिए प्रिंट पब्लिसिटी और बेहतरीन प्रिंटिंग के लिए सिर्फ एक ही नाम, जहां जदीद टेक्नोलॉजी से स्टोर फ्रंट साइंस, चैनल लेटर्स, बैनर्स, रियल स्टेट साइंस, सैंडविच बोर्ड्स, व्हीकल ग्राफिक्स, बिजनेस कार्ड्स, पोस्ट कार्ड्स, लेबल्स, फ्लायर्स आपके बजट और आपके वक्त में बनाए जाते हैं। आपका काम सिर्फ सोचना है, क्योंकि साइंस टू गो। Welcome to the Blue Green Systems. Kee tusi Ontario sarkar ko vi saal tak check lena chahunde ho? Hoti jankari layi sadi screen te likhe hoye number te sanu contact karo. ਮੇਰਾ ਨਾਮ ਦਲਵੀਰ ਸਿੰਘ ਕਥੂਰੀਆ, ਮੈਂ ਬ੍ਰੈਂਪਟਨ ਵੈਸਟ ਤੋਂ NDP ਦਾ ਕੈਂਡੀਡੇਟ ਹਾਂ ਔਰ ਤੁਹਾਨੂੰ ਸਾਰਿਆਂ ਨੂੰ ਹੀ ਰਿਕੁਐਸਟ ਕਰਦਾ ਹਾਂ ਕਿ ਆਪਾਂ ਦੋ ਸਰਕਾਰਾਂ ਜਿਹੜੀਆਂ ਨੇ ਕਿ ਦੇਖ ਲਈਆਂ ਨੇ, 8 ਸਾਲ ਆਪਣਾ PC ਪਾਰਟੀ ਨੇ ਆਪਣਾ ਪੂਰਾ ਜ਼ੋਰ ਲਾ ਕੇ ਤੁਹਾਡੀ ਸੇਵਾ ਕੀਤੀ ਹੈ ਔਰ 8 ਸਾਲ ਡਾਕਟਰ ਮੁਗੇਟੀ ਸਾਹਿਬ ਨੇ ਆਪਣੀ ਸਰਕਾਰ ਚਲਾਈ ਹੈ। ਹੁਣ ਮੌਕਾ ਹੈ ਚੇਂਜ ਦਾ ਔਰ ਚੇਂਜ ਜਿਹੜੀ ਰਾਈਟ ਚੇਂਜ ਜਿਹੜੀ ਕਹਿੰਦੀ ਕਿ ਪੁੱਟ ਦਾ ਪੀਪਲ ਫਸਟ। ਆਪਾਂ ਹੁਣ ਸਾਰੇ ਇਕੱਠੇ ਹੋ ਕੇ NDP ਨੂੰ ਵੋਟ ਪਾਈਏ, ਦਲਵੀਰ ਸਿੰਘ ਕਥੂਰੀਆ ਨੂੰ ਵੋਟ ਪਾਈਏ ਤਾਂ ਕਿ ਆਪਾਂ ਕੋਈ ਚੇਂਜ ਲਿਆ ਸਕੀਏ, ਬ੍ਰੈਂਪਟਨ ਵਾਸਤੇ ਕੋਈ ਚੰਗਾ ਸੋਚ ਸਕੀਏ। ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਮੇਰਾ ਨਾਮ ਫਾਜ਼ੀਆ ਸਾਦਿਕ ਹੈ, ਮੇਰਾ ਤਾਲੁਕ ਕਨਫੈਡਰੇਸ਼ਨ ਆਫ ਰੀਜਨਸ ਪਾਰਟੀ ਨਾਲ ਹੈ। ਮੈਂ ਕੈਂਡੀਡੇਟ ਖੜੀ ਹਾਂ ਬ੍ਰੈਂਪਟਨ ਸਪ੍ਰਿੰਗਡੇਲ ਤੋਂ ਪ੍ਰੋਵਿੰਸ਼ੀਅਲ ਇਲੈਕਸ਼ਨ 2011 ਲਈ। ਮੇਰਾ ਮਕਸਦ ਇਸ ਇਲੈਕਸ਼ਨ ਲੜਨ ਦਾ ਇਹ ਵੇ ਕਿ ਗਵਰਨਮੈਂਟ ਕਰਪਸ਼ਨ ਦੇ ਖਿਲਾਫ ਆਵਾਜ਼ ਬੁਲੰਦ ਕਰਨਾ ਅਤੇ ਨਾਲੇ ਜਿਹੜੀਆਂ ਕਲੋਜ਼ ਡੋਰਸ ਪਾਲਿਸੀਜ਼ ਬਣ ਰਹੀਆਂ ਨੇ, ਕਿਸੇ ਦੇ ਨਾਲ ਸਲਾਹ ਕੀਤੇ ਬਗੈਰ ਪਾਲਿਸੀਆਂ ਬਣ ਰਹੀਆਂ ਨੇ, ਇਹਦੇ ਖਿਲਾਫ ਆਵਾਜ਼ ਉਠਾਉਣਾ। ਮੈਂ ਉਮੀਦ ਕਰਨੀ ਆ ਕਿ ਤੁਸੀਂ 6 ਅਕਤੂਬਰ ਨੂੰ ਇਲੈਕਸ਼ਨ ਦੇ ਵਿੱਚ ਮੈਨੂੰ ਵੋਟ ਪਾ ਕੇ ਤੇ ਕਾਮਯਾਬ ਕਰੋਗੇ। ਫੋਰ ਮੋਰ ਇਨਫੋਰਮੇਸ਼ਨ ਪਲੀਜ਼ ਕੰਟੈਕਟ ਮੀ ਵਿਦ ਦ ਨੰਬਰਸ ਲੋਕੇਟਡ ਔਨ ਦ ਸਕਰੀਨ। ਥੈਂਕ ਯੂ ਸੋ ਮੱਚ। ਇਹ ਸਾਡੀ ਅੰਤਿਕ ਮਿਹਨਤ ਦਾ ਹੀ ਨਤੀਜਾ ਹੈ ਕਿ ਅਸੀਂ ਇੰਟੀਰੀਅਰ ਵਿੱਚ ਅਮਰੀਕਾ ਦੇ ਮੁਕਾਬਲੇ ਬਹੁਤ ਜੋਬਸ ਪੈਦਾ ਕੀਤੀਆਂ ਹਨ। ਇੰਟੀਰੀਅਰ ਦਾ ਵਿਦਿਅਕ ਸਿਸਟਮ ਅੱਜ ਦੁਨੀਆ ਭਰ ਵਿੱਚ ਪਹਿਲੇ ਨੰਬਰ 'ਤੇ ਹੈ। ਅਸੀਂ ਨਵੇਂ ਹਸਪਤਾਲ, ਨਵੇਂ ਸਕੂਲ, ਨਵੀਆਂ ਸੜਕਾਂ ਅਤੇ ਦਾ ਨਿਰਮਾਣ ਬੜੀ ਤੇਜ਼ੀ ਨਾਲ ਕਰ ਰਹੇ ਹਾਂ। ਮੇਰੀ ਬੈਕਗ੍ਰਾਉਂਡ ਫਾਈਨੈਂਸ ਵਿੱਚ ਹੋਣ ਕਰਕੇ ਮੈਂ ਇਹ ਬੜੇ ਵਿਸ਼ਵਾਸ ਨਾਲ ਕਹਿ ਸਕਦਾ ਹਾਂ ਕਿ ਇੰਟੀਰੀਅਰ ਅੱਜ ਤਰੱਕੀ ਦੇ ਰਾਹ 'ਤੇ ਹੈ, ਪਰ ਸਾਨੂੰ ਹਾਲਿਆਂ ਵੀ ਬਹੁਤ ਕੁਝ ਕਰਨ ਦੀ ਲੋੜ ਹੈ। ਇਸ ਤਰੱਕੀ ਨੂੰ ਜਾਰੀ ਰੱਖਣ ਲਈ ਇਹਨਾਂ ਇਲੈਕਸ਼ਨਾਂ ਵਿੱਚ ਤੁਹਾਡੇ ਸਮਰਥਨ ਨਾਲ ਮੈਂ ਹਾਂ ਮਿਸੀਸਾਗਾ ਐਰਨਡੇਲ ਤੋਂ ਤੁਹਾਡਾ ਲਿਬਰ ਪਾਰਟੀ ਦਾ ਕੈਂਡੀਡੇਟ ਹਰਿੰਦਰ ਤੱਕਰ। ਅਸੀਂ ਇੰਟੀਰੀਅਰ ਵਿੱਚ ਅਮਰੀਕਾ ਦੇ ਮੁਕਾਬਲੇ ਬਹੁਤ ਜੋਬਸ ਪ੍ਰੋਡਿਊਸ ਕੀਤੀਆਂ ਹਨ। ਸਾਡਾ ਵਿੱਦਿਅਕ ਸਿਸਟਮ ਅੱਜ ਦੁਨੀਆ ਭਰ ਵਿੱਚ ਪਹਿਲੇ ਨੰਬਰ 'ਤੇ ਹੈ। ਅਸੀਂ ਨਵੀਆਂ ਸੜਕਾਂ, ਨਵੇਂ ਬ੍ਰਿਜਸ, ਨਵੇਂ ਸਕੂਲ ਅਤੇ ਨਵੇਂ ਹੌਸਪੀਟਲ ਦਾ ਨਿਰਮਾਣ ਬਹੁਤ ਤੇਜ਼ੀ ਨਾਲ ਕਰ ਰਹੇ ਹਾਂ।
ਪਰ ਸਾਨੂੰ ਹਾਲਾਂ ਵੀ ਬਹੁਤ ਕੁਝ ਕਰਨ ਦੀ ਲੋੜ ਹੈ। ਇਸ ਲਈ ਆਉਣ ਵਾਲੀਆਂ ਇਲੈਕਸ਼ਨਾਂ ਵਿੱਚ ਤੁਹਾਡੇ ਸਹਿਯੋਗ ਨਾਲ ਮੈਂ ਹਾਂ ਮਿਸੀਸਾਗਾ ਐਰਨਡੇਲ ਤੋਂ ਤੁਹਾਡਾ ਲਿਬਰਲ ਕੈਂਡੀਡੇਟ ਹਰਿੰਦਰ ਤੱਕਰ। ਓਨਟਾਰੀਓ ਦੇ ਵਿੱਚ ਵਸਣ ਵਾਲਾ ਅੱਜ ਹਰ ਵਿਅਕਤੀ ਪਰੇਸ਼ਾਨ ਹੈ। ਮਾਪੇ ਆਪਣੇ ਛੋਟੇ ਬੱਚਿਆਂ ਦੇ ਭਵਿੱਖ ਨੂੰ ਲੈ ਕੇ ਪਰੇਸ਼ਾਨ ਨੇ, ਬਜ਼ੁਰਗ ਆਪਣੇ ਭਵਿੱਖ ਨੂੰ ਲੈ ਕੇ ਪਰੇਸ਼ਾਨ ਨੇ, ਨੌਜਵਾਨਾਂ ਦੇ ਕੋਲ ਨੌਕਰੀਆਂ ਨਹੀਂ, ਹੈਲਥ ਸੇਵਾਵਾਂ ਦਾ ਇਸ ਵੇਲੇ ਮੰਦਾ ਹਾਲ ਹੈ ਤੇ ਆਟੋ ਇੰਸ਼ੋਰੈਂਸ ਅਸਮਾਨ ਛੂ ਰਹੀ ਹੈ। ਇਹਨਾਂ ਸਾਰੀਆਂ ਸਮੱਸਿਆਵਾਂ ਦਾ ਹੱਲ ਆਓ ਇੱਕ ਜ਼ੋਰਦਾਰ ਆਵਾਜ਼ ਕੁਈਨਸ ਪਾਰਕ ਦੇ ਵਿੱਚ ਪਹੁੰਚਾਈਏ। ਪੈਮ ਹੁੰਦਲ ਬ੍ਰੈਂਪਟਨ ਸਪ੍ਰਿੰਗਡੇਲ ਤੋਂ ਪੀਸੀ ਦੇ ਉਮੀਦਵਾਰ। Vote for Pam Hundle, PC candidate, Brampton Springdale. Thank you. Good afternoon, everybody. It's a great pleasure to be here with my colleagues, Vic Dillon, Linda Jeffrey, Hilda Kular, and thank you to Raj and all of the... Raj and Martin and all of the team at Gary Machine. Thank you so much for having us here this afternoon. We're just getting a little bit of a sense of the story of Gary Machine and the success story that it is, and it's really an honor to be able to be here. What we wanted to talk about today is the context of the Ontario economy, and I was just hearing from Martin that we're on the upswing here at Gary Machine, so that there are more jobs, there's more work, the relationships with other countries and the businesses in other countries is improving. And I know, Raj, you're going to be traveling and talking to people in other parts of the world. And what we know about Ontario is our stable healthcare system, our skilled workforce, our economy that is growing, is bringing businesses to Ontario. We made some very difficult decisions in terms of our tax restructuring, and because of that, we are more competitive than we were a few years ago. And so that's why we are recovering jobs. That's why in June alone, we created more jobs in Ontario than any other jurisdiction in the country. So we are, as a Liberal team, we're convinced that the track that we're on is the right track for the economy in Ontario. We need to stay on this track. We need to stabilize. And if you look at what's happening in other jurisdictions, those economies are not recovering the way Ontario is. And so we're very, very pleased that companies like Gary Machine is here in Ontario and are able to create these well-paying jobs, because these are good jobs. We're not talking about jobs that people come and go from. These are stable jobs, and I'm sure the people who are working here have been here for a while. I haven't had a chance to talk to everybody, but I'm pretty sure that these are jobs that people come to and they stay with. And I know that your reputation around the world for the manufacturing that you do here is, and the innovation, that's the other piece of this, the innovation that happens here and then is exported to other parts of the world. We have to remember that Ontario is only 13 million people, and we need those relationships with other countries. And so the fact that the Premier has said he's going to double the trade missions in our next mandate, that indicates that we understand where we fit in the global economy. We're now number one in North America, in Ontario, when it comes to turning foreign direct investment into jobs. And that's a critical part of our economic recovery. In June, as I said, we created more jobs than the rest of Canada and the U.S. combined. And we're going to cut the tax rate on new investment by 55%. And that's to support small and medium business. And we know that that's going to, again, in turn, create new jobs. And if I can just be political for a moment, the other parties that are running in this election, the PCs and the New Democrats, do not have the plan forward that we have. They do not have the plan to keep the upward trajectory of our economy. And so we know that if Mr. Hudak were elected, that the fragile recovery that's happening would not necessarily go forward, because we know that there could be a loss of jobs. We know that there could be a real chill put on investment in the province and new job creation. So we're all here today because we want to support businesses like Gary Machine. We want to make sure that you prosper and you have a bright future. And we want to make sure that all the other companies in Ontario that are
improving and that are feeling stronger, that they have a chance to continue to thrive. And we believe that if we are not reelected, then that is going to, there's going to be a chill on that recovery. Because I said the Tories have said that they are going to shut down, for example, the Green Energy Act, and they are not going to be bringing those jobs to Ontario. If the NDP are elected, the $9 billion tax increases are not going to help us to be competitive. So we need to keep on this trajectory. We're very pleased that Gary Machine has done as well as it has, and I know that we're going to be able to keep working with you after October 6th. So thank you very much. Suggest going the Liberal way, the tide is going the Liberal way. What do you think? Why are you gaining ground? Well, that's what I'm hearing at the door. I think that our policies and our track record have really taken hold. People are hearing what we have done for the province, and they see it in their own communities. They see it in the job creation. They see it in their schools. They see it in their hospitals. So, you know, it just, I think it took the campaign to shine a light on all of the factors coming together, and we're able to bring the positive message of what we've done and what we're going to do going forward. The other piece is, as I say, what we're going to do going forward. Cutting tuition for kids who are going into university and college, making sure that seniors have the home care that they need, and putting house calls back in place. Those are services and strategies that really resonate with people in their day-to-day lives. I've asked these questions to all of your colleagues up in Brampton. The question is, what's the right term for the tax credit? Is it new Canadians, new Canadian immigrants, new Canadian citizens, or foreign workers? I think it's Ontarians, you know? The people who are talking about making sure that they are able to get into the workforce are Ontarians, and we want to make sure everyone's working at their full potential. Last but not the least, at door knocking, what is the main question the voters want to know and ask you often? Well, where I'm door knocking is in downtown Toronto, and we are seeing a real concern, because they look at what's happening in City Hall, they see the cutting that's happening under the mayor and the potential threats, and they're saying, we don't want to see those service cuts. And so the response is, you know what, Mr. Hudak has been in government before, we've seen how he behaved in government before, and you need to be very clear that that's not where we're going to go. That's not where a Liberal government is going to go. So what I'm hearing is people want to make sure their services are going to be maintained. They understand that the economy is important. They understand that we need to continue to encourage economic recovery. But they don't want to see their health care cut. They don't want to see their education services cut. So that's what I'm hearing at the door. Thank you very much. You're for spending welcome. Time. Good luck in days ahead. Best of luck. Pleasure. To all of you. Thank you. जब लड़की अपनी स्किन की वजह से परेशान हो तो फिकर की क्या बात है, लेजर स्पॉट है ना। लेजर स्पॉट, फोटो फेशियल, थर्माज, एंटी एजिंग, लेजर हेयर रिमूवल, लेजर स्पॉट, वेयर ब्यूटी मीट्स एलिगेंट प्रोफेशनल्स। लेजर स्पॉट, हाईवे 10 और क्वींस के संगम पर। कॉल शैला 905-487-2680। Welcome to the Blue Green Systems. Would you like to receive a check from the Government of Ontario for the next 20 years? Well, you can by having Blue Green Systems install the solar panels on your rooftop. It's that easy. ਮੈਂ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦਾ। ਤੁਸੀਂ ਮੈਨੂੰ ਪਿਛਲੇ 8 ਸਾਲਾਂ ਦੇ ਵਿੱਚ ਤੁਹਾਡਾ MPP ਬਣਨ ਦਾ ਮੌਕਾ ਦਿੱਤਾ। ਮੈਂ ਇਸ ਵਾਰੀ ਫੇਰ ਤੁਹਾਡਾ ਮੈਂ ਵਿਸ਼ਵਾਸ ਮੰਗਦਾ ਹਾਂ। ਮੈਂ ਇਲੈਕਸ਼ਨ ਤਾਂ ਲੜ ਰਿਹਾ ਕਿਉਂਕਿ ਸਾਡੀ ਸਰਕਾਰ ਦੀਆਂ ਬਹੁਤ ਜ਼ਿਆਦਾ ਪ੍ਰਾਪਤੀਆਂ ਨੇ ਅਤੇ ਮੈਂ ਪ੍ਰਾਪਤੀਆਂ ਨੂੰ ਗੁਆਉਣਾ ਨਹੀਂ ਚਾਹੁੰਦਾ।
ਮੇਰਾ ਕੈਂਪੇਨ ਆਫਿਸ ਖੁੱਲ੍ਹ ਗਿਆ ਹੈ ਅਤੇ ਮੈਂ ਹੱਥ ਬੰਨ ਕੇ ਤੁਹਾਡੀ ਬੇਨਤੀ ਕਰਦਾ ਵੀ ਪਲੀਜ਼ ਮੇਰੀ ਕੈਂਪੇਨ ਦੀ ਹੈਲਪ ਕਰੋ। ਮੈਂ ਤੁਹਾਡਾ ਬਹੁਤ ਬਹੁਤ ਧੰਨਵਾਦੀ ਹਾਂ। ਸਤਿ ਸ਼੍ਰੀ ਅਕਾਲ। ਜਦੋਂ ਤੁਹਾਡਾ ਐਕਸੀਡੈਂਟ ਹੋ ਜਾਂਦਾ ਹੈ ਤੁਹਾਡੇ ਪਾਸ ਕਈ ਤਰ੍ਹਾਂ ਦੇ ਸਵਾਲ ਹੁੰਦੇ ਹਨ। ਕਦੇ ਵੀ ਆਪਣਾ ਕਲੇਮ ਆਪਣੇ ਆਪ ਸੈਟਲ ਕਰਨ ਦੀ ਕੋਸ਼ਿਸ਼ ਨਾ ਕਰੋ। ਆਪਣੇ ਹੱਕਾਂ ਲਈ ਇੱਕ ਬਹੁਤ ਹੀ ਤਜਰਬੇਕਾਰ ਪਰਸਨਲ ਇੰਜਰੀ ਲਾਇਰ ਰਮੇਸ਼ ਸੰਗਾ ਨੂੰ ਮਿਲੋ। ਤੁਰੰਤ ਸਾਡੀਆਂ ਸੇਵਾਵਾਂ ਲਈ ਆਓ ਤੇ ਵਧੀਆ ਤੋਂ ਵਧੀਆ ਮੁਆਵਜ਼ਾ ਲਓ। ਹਮ ਰੀਅਲ ਸਟੇਟ, ਫੈਮਿਲੀ ਲਾਅ ਔਰ ਇਮੀਗ੍ਰੇਸ਼ਨ ਮੇਂ ਵੀ ਸਰਵਿਸਿਜ਼ ਦੇਤੇ ਹੈਂ। 905-670-9911। अपने कारोबार की तरक्की के लिए प्रिंट पब्लिसिटी और बेहतरीन प्रिंटिंग के लिए सिर्फ एक ही नाम, साइंस टू गो। जहां जदीद टेक्नोलॉजी से स्टोर फ्रंट साइंस, चैनल लेटर्स, बैनर्स, रियल स्टेट साइंस, सैंडविच बोर्ड्स, व्हीकल ग्राफिक्स, बिजनेस कार्ड्स, पोस्ट कार्ड्स, लेबल्स, फ्लायर्स आपके बजट और आपके वक्त में बनाए जाते हैं। आपका काम सिर्फ सोचना है, क्योंकि वी प्रिंट योर थॉट्स। साइंस टू गो। Welcome to the Blue Green Systems. ਕੀ ਤੁਸੀਂ ਇੰਟੀਰੀਅਰ ਸਰਕਾਰ ਕੋਲ 20 ਸਾਲ ਤੱਕ ਚੈੱਕ ਲੈਣਾ ਚਾਹੁੰਦੇ ਹੋ? ਬਹੁਤੀ ਜਾਣਕਾਰੀ ਲਈ ਸਾਡੀ ਸਕਰੀਨ 'ਤੇ ਲਿਖਿਆ ਹੋਇਆ ਨੰਬਰ 'ਤੇ ਸਾਨੂੰ ਕੰਟੈਕਟ ਕਰੋ। ਮੇਰਾ ਨਾਮ ਦਲਵੀਰ ਸਿੰਘ ਕਥੂਰੀਆ ਹੈ। ਮੈਂ ਬ੍ਰੈਂਪਟਨ ਵੈਸਟ ਤੋਂ NDP ਦਾ ਕੈਂਡੀਡੇਟ ਹਾਂ ਔਰ ਤੁਹਾਨੂੰ ਸਾਰਿਆਂ ਨੂੰ ਹੀ ਰਿਕੁਐਸਟ ਕਰਦਾ ਹਾਂ ਕਿ ਆਪਾਂ ਦੋ ਸਰਕਾਰਾਂ ਜਿਹੜੀਆਂ ਨੇ ਕਿ ਦੇਖ ਲਈਆਂ ਨੇ, 8 ਸਾਲ ਆਪਣਾ PC ਪਾਰਟੀ ਨੇ ਆਪਣਾ ਪੂਰਾ ਜ਼ੋਰ ਲਾ ਕੇ ਤੁਹਾਡੀ ਸੇਵਾ ਕੀਤੀ ਹੈ ਔਰ 8 ਸਾਲ ਡਾਕਟਰ ਮੁਕੇਟੀ ਸਾਹਿਬ ਨੇ ਆਪਣੀ ਸਰਕਾਰ ਚਲਾਈ ਹੈ। ਹੁਣ ਮੌਕਾ ਹੈ ਚੇਂਜ ਦਾ, ਔਰ ਚੇਂਜ ਜਿਹੜੀ ਰਾਈਟ ਚੇਂਜ ਜਿਹੜੀ ਕਹਿੰਦੀ ਕਿ ਪੁੱਟ ਦਾ ਪੀਪਲ ਫਸਟ। ਆਪਾਂ ਹੁਣ ਸਾਰੇ ਇਕੱਠੇ ਹੋ ਕੇ NDP ਨੂੰ ਵੋਟ ਪਾਈਏ, ਦਲਵੀਰ ਸਿੰਘ ਕਥੂਰੀਆ ਨੂੰ ਵੋਟ ਪਾਈਏ ਤਾਂ ਕਿ ਆਪਾਂ ਕੋਈ ਚੇਂਜ ਲਿਆ ਸਕੀਏ, ਬ੍ਰਹਮਟਨ ਵਾਸਤੇ ਕੋਈ ਚੰਗਾ ਸੋਚ ਸਕੀਏ। ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਇਹ ਸਾਡੀ ਅੰਤਰਿਕ ਮਿਹਨਤ ਦਾ ਹੀ ਨਤੀਜਾ ਹੈ ਕਿ ਅਸੀਂ ਇੰਟੀਰੀਅਰ ਵਿੱਚ ਅਮੈਰੀਕਾ ਦੇ ਮੁਕਾਬਲੇ ਬਹੁਤ ਜੋਬਸ ਪੈਦਾ ਕੀਤੀਆਂ ਹਨ। ਇੰਟੀਰੀਅਰ ਦਾ ਵਿੱਦਿਅਕ ਸਿਸਟਮ ਅੱਜ ਦੁਨੀਆ ਭਰ ਵਿੱਚ ਪਹਿਲੇ ਨੰਬਰ 'ਤੇ ਹੈ। ਅਸੀਂ ਨਵੇਂ ਹਸਪਤਾਲ, ਨਵੇਂ ਸਕੂਲ, ਨਵੀਆਂ ਸੜਕਾਂ ਅਤੇ ਦਾ ਨਿਰਮਾਣ ਬੜੀ ਤੇਜ਼ੀ ਨਾਲ ਕਰ ਰਹੇ ਹਾਂ। ਮੇਰੀ ਬੈਕਗਰਾਊਂਡ ਫਾਈਨੈਂਸ ਵਿੱਚ ਹੋਣ ਕਰਕੇ ਮੈਂ ਇਹ ਬੜੇ ਵਿਸ਼ਵਾਸ ਨਾਲ ਕਹਿ ਸਕਦਾ ਹਾਂ ਕਿ ਇੰਟੀਰੀਅਰ ਅੱਜ ਤਰੱਕੀ ਦੇ ਰਾਹ 'ਤੇ ਹੈ, ਪਰ ਸਾਨੂੰ ਹਾਲਿਆਂ ਵੀ ਬਹੁਤ ਕੁਝ ਕਰਨ ਦੀ ਲੋੜ ਹੈ। ਇਸ ਤਰੱਕੀ ਨੂੰ ਜਾਰੀ ਰੱਖਣ ਲਈ ਇਹਨਾਂ ਇਲੈਕਸ਼ਨਾਂ ਵਿੱਚ ਤੁਹਾਡੇ ਸਮਰਥਨ ਨਾਲ ਮੈਂ ਹਾਂ ਮਿਸੀਸਾਗਾ ਐਰਨਡੇਲ ਤੋਂ ਤੁਹਾਡਾ ਲਿਬਰ ਪਾਰਟੀ ਦਾ ਕੈਂਡੀਡੇਟ ਹਰਿੰਦਰ ਤੱਕਰ। ਅਸੀਂ ਇੰਟੀਰੀਅਰ ਵਿੱਚ ਅਮੈਰੀਕਾ ਦੇ ਮੁਕਾਬਲੇ ਬਹੁਤ ਜੋਬਸ ਪ੍ਰੋਡਿਊਸ ਕੀਤੀਆਂ ਹਨ। ਸਾਡਾ ਵਿੱਦਿਅਕ ਸਿਸਟਮ ਅੱਜ ਦੁਨੀਆ ਭਰ ਵਿੱਚ ਪਹਿਲੇ ਨੰਬਰ 'ਤੇ ਹੈ। ਅਸੀਂ ਨਵੀਆਂ ਸੜਕਾਂ, ਨਵੇਂ ਬ੍ਰਿਜਸ, ਨਵੇਂ ਸਕੂਲ ਅਤੇ ਨਵੇਂ ਹੋਸਪਿਟਲ ਦਾ ਨਿਰਮਾਣ ਬਹੁਤ ਤੇਜ਼ੀ ਨਾਲ ਕਰ ਰਹੇ ਹਾਂ, ਪਰ ਸਾਨੂੰ ਹਾਲਾਂ ਵੀ ਬਹੁਤ ਕੁਝ ਕਰਨ ਦੀ ਲੋੜ ਹੈ। ਇਸ ਲਈ ਆਉਣ ਵਾਲੀਆਂ ਇਲੈਕਸ਼ਨਾਂ ਵਿੱਚ ਤੁਹਾਡੇ ਸਹਿਯੋਗ ਨਾਲ ਮੈਂ ਹਾਂ ਮਿਸੀਸਾਗਾ ਐਰਨਡੇਲ ਤੋਂ ਤੁਹਾਡਾ ਲਿਬਰਲ ਕੈਂਡੀਡੇਟ ਹਰਿੰਦਰ ਤੱਕਰ। ਮੇਰਾ ਨਾਮ ਫੌਜ਼ੀਆ ਸਾਦਿਕ ਹੈ। ਮੇਰਾ ਤਾਲੁਕ ਕਨਫੈਡਰੇਸ਼ਨ ਆਫ ਰੀਜਨਸ ਪਾਰਟੀ ਨਾਲ ਹੈ। ਮੈਂ ਕੈਂਡੀਡੇਟ ਖੜ੍ਹੀ ਹਾਂ ਬ੍ਰੈਂਪਟਨ ਸਪ੍ਰਿੰਗਡੇਲ ਤੋਂ ਪ੍ਰੋਵਿੰਸ਼ੀਅਲ ਇਲੈਕਸ਼ਨ 2011 ਲਈ। ਮੇਰਾ ਮਕਸਦ ਇਸ ਇਲੈਕਸ਼ਨ ਲੜਨ ਦਾ ਇਹ ਵੇ ਕਿ ਗਵਰਨਮੈਂਟ ਕਰਪਸ਼ਨ ਦੇ ਖਿਲਾਫ ਆਵਾਜ਼ ਬੁਲੰਦ ਕਰਨਾ ਅਤੇ ਨਾਲੇ ਜਿਹੜੀਆਂ ਕਲੋਜ ਡੋਰਸ ਪੋਲਿਸੀਜ਼ ਬਣ ਰਹੀਆਂ ਨੇ, ਕਿਸੇ ਦੇ ਨਾਲ ਸਲਾਹ ਕੀਤੇ ਬਗੈਰ ਪੋਲਿਸੀਆਂ ਬਣ ਰਹੀਆਂ ਨੇ, ਇਹਦੇ ਖਿਲਾਫ ਆਵਾਜ਼ ਉਠਾਉਣਾ। ਮੈਂ ਉਮੀਦ ਕਰਨੀ ਹਾਂ ਕਿ ਤੁਸੀਂ 6 ਅਕਤੂਬਰ ਨੂੰ ਇਲੈਕਸ਼ਨਸ ਦੇ ਵਿੱਚ ਮੈਨੂੰ ਵੋਟ ਪਾ ਕੇ ਤੇ ਕਾਮਯਾਬ ਕਰੋਗੇ। ਫੋਰ ਮੋਰ ਇਨਫੋਰਮੇਸ਼ਨ ਪਲੀਜ਼ ਕੰਟੈਕਟ ਮੀ ਵਿਦ ਦ ਨੰਬਰਸ ਲੋਕੇਟਡ ਔਨ ਦ ਸਕਰੀਨ। ਥੈਂਕ ਯੂ ਸੋ ਮੱਚ। ਓਨਟਾਰੀਓ ਦੇ ਵਿੱਚ ਵਸਣ ਵਾਲਾ ਅੱਜ ਹਰ ਵਿਅਕਤੀ ਪਰੇਸ਼ਾਨ ਹੈ। ਮਾਪੇ ਆਪਣੇ ਛੋਟੇ ਬੱਚਿਆਂ ਦੇ ਭਵਿੱਖ ਨੂੰ ਲੈ ਕੇ ਪਰੇਸ਼ਾਨ ਨੇ, ਬਜ਼ੁਰਗ ਆਪਣੇ ਭਵਿੱਖ ਨੂੰ ਲੈ ਕੇ ਪਰੇਸ਼ਾਨ ਨੇ, ਨੌਜਵਾਨਾਂ ਦੇ ਕੋਲ ਨੌਕਰੀਆਂ ਨਹੀਂ, ਹੈਲਥ ਸੇਵਾਵਾਂ ਦਾ ਇਸ ਵੇਲੇ ਮੰਦਾ ਹਾਲ ਹੈ ਤੇ ਆਟੋ ਇੰਸ਼ੋਰੈਂਸ ਅਸਮਾਨ ਛੂ ਰਹੀ ਹੈ। ਇਹਨਾਂ ਸਾਰੀਆਂ ਸਮੱਸਿਆਵਾਂ ਦਾ ਹੱਲ ਆਓ ਇੱਕ ਜ਼ੋਰਦਾਰ ਆਵਾਜ਼ ਕੁਈਨਸ ਪਾਰਕ ਦੇ ਵਿੱਚ ਪਹੁੰਚਾਈਏ। ਪੈਮ ਹੁੰਦਲ ਬ੍ਰੈਂਪਟਨ ਸਪ੍ਰਿੰਗਡੇਲ ਤੋਂ PC ਦੇ ਉਮੀਦਵਾਰ। ਔਨ ਅਕਟੋਬਰ 6th Vote for Pam Hundle, PC candidate, Brampton Springdale. Thank you.
lot of fundraisings are being done by different organizations, and I'm not going to say Middle Eastern or Asian, but outside Canada, which is not in the Canadian interest. And they are publicized and advertised in local ethnic newspapers. Well, and they are anti-Canadian. Yeah. Okay. And they don't agree with Canadian laws at all to begin with. What is your government's take on that? And how do you intend to address that? Well, let's be clear. Raising funds for banned terrorist organizations is they're not terrorist organizations, but they're anti-Canadian. That's okay. What I said. Well, we have to be careful because there may be groups that are promoting values that we don't like, that are extreme or not consistent with Canadian. Let's say being against gays. Let's say being against, that's anti-Canadian, I would call it. If any organization promotes violence or violating the law, they it's illegal for them to raise funds. But it depends on the individual cases. But I agree with you in principle that Canadians, whether they were born in Canada or immigrated here, they have a responsibility to respect our values, which include respect for vulnerable minorities, equality of men and women, democratic values, and they have no business raising funds from Canadians to promote hatred. And some of those things may be a crime. And if people think it crosses the line into criminality, we ask them, please, take that ad, take that information, and bring it to the local police. It may be a hate crime being committed. And if so, we want the police to take action using our strong hate crime legislation. Thank you, sir. Okay, thank you. लड़की अपने स्किन की वजह से परेशान हो तो फिकर की क्या बात है लेजर स्पॉट है ना लेजर स्पॉट फोटो फेशियल थर्माज एंटी एजिंग लेजर हेयर रिमूवल लेजर स्पॉट वेयर ब्यूटी मीट्स एलिगेंट प्रोफेशनल्स लेजर स्पॉट हाईवे 10 और क्वींस के संगम पर कॉल शैला 9054872680 Would you like to receive a check from the Government of Ontario for the next 20 years? Well, you can by having Blue Green Systems install the solar panels on your rooftop. It's that easy. ਮੈਂ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦਾ ਤੁਸੀਂ ਮੈਨੂੰ ਪਿਛਲੇ 8 ਸਾਲਾਂ ਦੇ ਵਿੱਚ ਤੁਹਾਡਾ MPP ਬਣਨ ਦਾ ਮੌਕਾ ਦਿੱਤਾ ਮੈਂ ਇਸ ਵਾਰੀ ਫੇਰ ਤੁਹਾਡਾ ਮੈਂ ਵਿਸ਼ਵਾਸ ਮੰਗਦਾ ਹਾਂ ਮੈਂ ਇਲੈਕਸ਼ਨ ਤਾਂ ਲੜ ਰਿਹਾ ਕਿਉਂਕਿ ਸਾਡੀ ਸਰਕਾਰ ਦੀਆਂ ਬਹੁਤ ਜ਼ਿਆਦਾ ਪ੍ਰਾਪਤੀਆਂ ਨੇ ਅਤੇ ਮੈਂ ਪ੍ਰਾਪਤੀਆਂ ਨੂੰ ਗਵਾਉਣਾ ਨਹੀਂ ਚਾਹੁੰਦਾ ਮੇਰਾ ਕੈਂਪੇਨ ਆਫਿਸ ਖੁੱਲ੍ਹ ਗਿਆ ਹੈ ਅਤੇ ਮੈਂ ਹੱਥ ਬੰਨ ਕੇ ਤੁਹਾਡੀ ਬੇਨਤੀ ਕਰਦਾ ਵੀ ਪਲੀਜ਼ ਮੇਰੀ ਕੈਂਪੇਨ ਦੀ ਹੈਲਪ ਕਰੋ ਮੈਂ ਤੁਹਾਡਾ ਬਹੁਤ ਬਹੁਤ ਧੰਨਵਾਦੀ ਹਾਂ ਸਤਿ ਸ਼੍ਰੀ ਅਕਾਲ ਜਦੋਂ ਤੁਹਾਡਾ ਐਕਸੀਡੈਂਟ ਹੋ ਜਾਂਦਾ ਹੈ ਤੁਹਾਡੇ ਪਾਸ ਕਈ ਤਰ੍ਹਾਂ ਦੇ ਸਵਾਲ ਹੁੰਦੇ ਹਨ ਕਦੇ ਵੀ ਆਪਣਾ ਕਲੇਮ ਆਪਣੇ ਆਪ ਸੈਟਲ ਕਰਨ ਦੀ ਕੋਸ਼ਿਸ਼ ਨਾ ਕਰੋ ਆਪਣੇ ਹੱਕਾਂ ਲਈ ਇੱਕ ਬਹੁਤ ਹੀ ਤਜਰਬੇਕਾਰ ਪਰਸਨਲ ਇੰਜਰੀ ਲਾਇਰ ਰਮੇਸ਼ ਸੰਗਾ ਨੂੰ ਮਿਲੋ ਤੁਰੰਤ ਸਾਡੀਆਂ ਸੇਵਾਵਾਂ ਲਈ ਆਓ ਤੇ ਵਧੀਆ ਤੋਂ ਵਧੀਆ ਮੁਆਵਜ਼ਾ ਲਓ ਹਮ ਰੀਅਲ ਸਟੇਟ ਫੈਮਿਲੀ ਲਾਅ ਔਰ ਇਮੀਗ੍ਰੇਸ਼ਨ ਮੇਂ ਵੀ ਸਰਵਿਸਿਜ਼ ਦੇਤੇ ਹੈ 905-670-9911 अपने कारोबार की तरक्की के लिए प्रिंट पब्लिसिटी और बेहतरीन प्रिंटिंग के लिए सिर्फ एक ही नाम जहां जदीद टेक्नोलॉजी से स्टोर फ्रंट साइंस चैनल लेटर्स बैनर्स रियल स्टेट साइंस सैंडविच बोर्ड्स व्हीकल ग्राफिक्स बिजनेस कार्ड्स पोस्ट कार्ड्स लेबल्स फ्लायर्स आपके बजट और आपके वक्त में बनाए जाते हैं आपका काम सिर्फ सोचना है क्योंकि प्रिंट योर थॉट्स साइंस टू गो Welcome to the Blue Green Systems. ਕੀ ਤੁਸੀਂ ਅੰਟੇਰੀਓ ਸਰਕਾਰ ਕੋਲ 20 ਸਾਲ ਤੱਕ ਚੈੱਕ ਲੈਣਾ ਚਾਹੁੰਦੇ ਹੋ? ਬਹੁਤੀ ਜਾਣਕਾਰੀ ਲਈ ਸਾਡੀ ਸਕਰੀਨ ਤੇ ਲਿਖਿਆ ਹੋਇਆ ਨੰਬਰ ਤੇ ਸਾਨੂੰ ਕੰਟੈਕਟ ਕਰੋ। ਮੇਰਾ ਦਲਵੀਰ ਸਿੰਘ ਕਥੂਰੀਆ ਮੈਂ ਬ੍ਰੈਂਪਟਨ ਵੈਸਟ ਤੋਂ NDP ਦਾ ਕੈਂਡੀਡੇਟ ਹਾਂ ਔਰ ਤੁਹਾਨੂੰ ਸਾਰਿਆਂ ਨੂੰ ਹੀ ਰਿਕੁਐਸਟ ਕਰਦਾ ਹਾਂ ਕਿ ਆਪਾਂ
ਦੋ ਸਰਕਾਰਾਂ ਜਿਹੜੀਆਂ ਨੇ ਕਿ ਦੇਖ ਲਈਆਂ ਨੇ, 8 ਸਾਲ ਆਪਣਾ PC ਪਾਰਟੀ ਨੇ ਆਪਣਾ ਪੂਰਾ ਜ਼ੋਰ ਲਾ ਕੇ ਤੁਹਾਡੀ ਸੇਵਾ ਕੀਤੀ ਹੈ ਔਰ 8 ਸਾਲ ਡਾਕਟਰ ਮੁਕੇਟੀ ਸਾਹਿਬ ਨੇ ਆਪਣੀ ਸਰਕਾਰ ਚਲਾਈ ਹੈ। ਹੁਣ ਮੌਕਾ ਹੈ ਚੇਂਜ ਦਾ ਔਰ ਚੇਂਜ ਜਿਹੜੀ ਰਾਈਟ ਚੇਂਜ ਜਿਹੜੀ ਕਹਿੰਦੀ ਕਿ ਪੁੱਟ ਦਾ ਪੀਪਲ ਫਸਟ, ਆਪਾਂ ਹੁਣ ਸਾਰੇ ਇਕੱਠੇ ਹੋ ਕੇ NDP ਨੂੰ ਵੋਟ ਪਾਈਏ, ਦਲਵੀਰ ਸਿੰਘ ਕਥੂਰਿਆ ਨੂੰ ਵੋਟ ਪਾਈਏ ਤਾਂ ਕਿ ਆਪਾਂ ਕੁਝ ਚੇਂਜ ਲਿਆ ਸਕੀਏ, ਬ੍ਰਹਮਟਨ ਵਾਸਤੇ ਕੁਝ ਚੰਗਾ ਸੋਚ ਸਕੀਏ। ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਇਹ ਸਾਡੀ ਅੰਥਿਕ ਮਿਹਨਤ ਦਾ ਹੀ ਨਤੀਜਾ ਹੈ ਕਿ ਅਸੀਂ ਇੰਟੀਰੀਅਰ ਵਿੱਚ ਅਮੈਰੀਕਾ ਦੇ ਮੁਕਾਬਲੇ ਬਹੁਤ ਜੋਬਸ ਪੈਦਾ ਕੀਤੀਆਂ ਹਨ। ਇੰਟੀਰੀਅਰ ਦਾ ਵਿੱਦਿਅਕ ਸਿਸਟਮ ਅੱਜ ਦੁਨੀਆ ਭਰ ਵਿੱਚ ਪਹਿਲੇ ਨੰਬਰ 'ਤੇ ਹੈ। ਅਸੀਂ ਨਵੇਂ ਹਸਪਤਾਲ, ਨਵੇਂ ਸਕੂਲ, ਨਵੀਆਂ ਸੜਕਾਂ ਅਤੇ ਦਾ ਨਿਰਮਾਣ ਬੜੀ ਤੇਜ਼ੀ ਨਾਲ ਕਰ ਰਹੇ ਹਾਂ। ਮੇਰੀ ਬੈਕਗ੍ਰਾਉਂਡ ਫਾਈਨੈਂਸ ਵਿੱਚ ਹੋਣ ਕਰਕੇ ਮੈਂ ਇਹ ਬੜੇ ਵਿਸ਼ਵਾਸ ਨਾਲ ਕਹਿ ਸਕਦਾ ਹਾਂ ਕਿ ਇੰਟੀਰੀਅਰ ਅੱਜ ਤਰੱਕੀ ਦੇ ਰਾਹ 'ਤੇ ਹੈ, ਪਰ ਸਾਨੂੰ ਹਾਲਿਆਂ ਵੀ ਬਹੁਤ ਕੁਝ ਕਰਨ ਦੀ ਲੋੜ ਹੈ। ਇਸ ਤਰੱਕੀ ਨੂੰ ਜਾਰੀ ਰੱਖਣ ਲਈ ਇਹਨਾਂ ਇਲੈਕਸ਼ਨਾਂ ਵਿੱਚ ਤੁਹਾਡੇ ਸਮਰਥਨ ਨਾਲ ਮੈਂ ਹਾਂ ਮਿਸੀਸਾਗਾ ਐਰਨਡੇਲ ਤੋਂ ਤੁਹਾਡਾ ਲਿਬਰ ਪਾਰਟੀ ਦਾ ਕੈਂਡੀਡੇਟ ਹਰਿੰਦਰ ਤੱਕਰ। ਅਸੀਂ ਇੰਟੀਰੀਅਰ ਵਿੱਚ ਅਮੈਰੀਕਾ ਦੇ ਮੁਕਾਬਲੇ ਬਹੁਤ ਜੋਬਸ ਪ੍ਰੋਡਿਊਸ ਕੀਤੀਆਂ ਹਨ। ਸਾਡਾ ਵਿੱਦਿਅਕ ਸਿਸਟਮ ਅੱਜ ਦੁਨੀਆ ਭਰ ਵਿੱਚ ਪਹਿਲੇ ਨੰਬਰ 'ਤੇ ਹੈ। ਅਸੀਂ ਨਵੀਆਂ ਸੜਕਾਂ, ਨਵੇਂ ਬ੍ਰਿਜਸ, ਨਵੇਂ ਸਕੂਲ ਅਤੇ ਨਵੇਂ ਹੋਸਪਿਟਲ ਦਾ ਨਿਰਮਾਣ ਬਹੁਤ ਤੇਜ਼ੀ ਨਾਲ ਕਰ ਰਹੇ ਹਾਂ, ਪਰ ਸਾਨੂੰ ਹਾਲਾਂ ਵੀ ਬਹੁਤ ਕੁਝ ਕਰਨ ਦੀ ਲੋੜ ਹੈ। ਇਸ ਲਈ ਆਉਣ ਵਾਲੀਆਂ ਇਲੈਕਸ਼ਨਾਂ ਵਿੱਚ ਤੁਹਾਡੇ ਸਹਿਯੋਗ ਨਾਲ ਮੈਂ ਹਾਂ ਮਿਸੀਸਾਗਾ ਐਰਨਡੇਲ ਤੋਂ ਤੁਹਾਡਾ ਲਿਬਰਲ ਕੈਂਡੀਡੇਟ ਹਰਿੰਦਰ ਤੱਕਰ। ਓਨਟਾਰੀਓ ਦੇ ਵਿੱਚ ਵਸਣ ਵਾਲਾ ਅੱਜ ਹਰ ਵਿਅਕਤੀ ਪਰੇਸ਼ਾਨ ਹੈ। ਮਾਪੇ ਆਪਣੇ ਛੋਟੇ ਬੱਚਿਆਂ ਦੇ ਭਵਿੱਖ ਨੂੰ ਲੈ ਕੇ ਪਰੇਸ਼ਾਨ ਨੇ, ਬਜ਼ੁਰਗ ਆਪਣੇ ਭਵਿੱਖ ਨੂੰ ਲੈ ਕੇ ਪਰੇਸ਼ਾਨ ਨੇ, ਨੌਜਵਾਨਾਂ ਦੇ ਕੋਲ ਨੌਕਰੀਆਂ ਨਹੀਂ, ਹੈਲਥ ਸੇਵਾਵਾਂ ਦਾ ਇਸ ਵੇਲੇ ਮੰਦਾ ਹਾਲ ਹੈ ਤੇ ਆਟੋ ਇੰਸ਼ੋਰੈਂਸ ਅਸਮਾਨ ਛੂ ਰਹੀ ਹੈ। ਇਹਨਾਂ ਸਾਰੀਆਂ ਸਮੱਸਿਆਵਾਂ ਦਾ ਹੱਲ ਆਓ ਇੱਕ ਜ਼ੋਰਦਾਰ ਆਵਾਜ਼ ਕੁਈਨਜ਼ ਪਾਰਕ ਦੇ ਵਿੱਚ ਪਹੁੰਚਾਈਏ। ਪੈਮ ਹੁੰਦਲ ਬ੍ਰੈਂਪਟਨ ਸਪ੍ਰਿੰਗਡੇਲ ਤੋਂ PC ਦੇ ਉਮੀਦਵਾਰ। On October 6th, vote for Pam Hundle, PC candidate, Brampton Springdale. Thank you. ਨੌਕਿੰਗ ਸੀਜ਼ਨ ਟੂ ਬਿਗਿਨ ਵਿਦ ਅਤੇ ਤੁਹਾਡੀ ਰਾਈਡਿੰਗ ਮਿਸੀਸਾਗਾ ਐਰਨਡੇਲ ਇਲੈਕਸ਼ਨ ਸੀਜ਼ਨ ਟਰਾਈਂਗ ਟੂ ਗੈਟ ਸਮ ਵਿਊਜ਼ ਫਰੋਮ ਡਿਫਰੈਂਟ ਰਾਈਡਿੰਗਸ, ਕਿਸ ਤਰ੍ਹਾਂ ਚੱਲ ਰਿਹਾ ਸਭ ਕੁਛ? ਭਾਰਤ ਸਾਹਿਬ, ਥੈਂਕ ਯੂ ਵੈਰੀ ਮੱਚ ਫਾਰ ਕਮਿੰਗ। ਐਕਚੁਲੀ ਇਟਸ ਇਨਡੀਡ ਅ ਪਲੇਜ਼ਰ ਫਾਰ ਯੂ ਫਾਰ ਮੀ ਟੂ ਹੈਵ ਯੂ ਹੇਅਰ। ਕਿੱਦਾਂ ਚੱਲ ਰਿਹਾ ਜੀ? ਬਿਲਕੁਲ ਠੀਕ ਚੱਲ ਰਿਹਾ। ਜਦੋਂ ਵੀ ਆਰ ਨੌਕਿੰਗ ਡੋਰਸ, ਵੀ ਹੈਵ ਡਨ ਦੀ ਇੰਟਾਇਰ ਰਾਈਡਿੰਗ ਵੰਸ, ਸੋ ਵੀ ਆਰ ਐਕਚੁਲੀ ਇਨ ਦ ਸੈਕਿੰਡ ਫੇਜ਼ ਆਫ ਨੌਕਿੰਗ ਆਲ ਹਾਊਸਿਸ ਇਨ ਦ ਰਾਈਡਿੰਗ ਅਗੇਨ। ਸੋ ਮੇਰਾ ਖਿਆਲ ਹੈ ਜੀ, ਦੇਖੋ ਜਿਹੜੇ ਵੋਟਰਸ ਆ ਉਹ ਤਾਂ ਘਰਾਂ 'ਚ ਆ, ਇਸ ਕਰਕੇ ਸਾਡੀ ਸਟ੍ਰੈਟਜੀ ਹੈ ਕਿ ਹਰ ਇੱਕ ਬੰਦੇ ਨੂੰ ਘਰ ਜਾ ਕੇ ਮਿਲੀਏ ਤਾਂ ਕਿ ਉਹਨਾਂ ਨੂੰ ਪਤਾ ਲੱਗੇ ਕਿ ਆਈ ਰੈਪ੍ਰੀਜੈਂਟ ਦੈਮ ਐਂਡ ਦੇ ਕੈਨ ਗੈਟ ਟੂ ਨੋ ਦੇਅਰ ਕੈਂਡੀਡੇਟ, ਅਤੇ ਦੈਟ ਹੈਜ਼ ਬੀਨ ਅਵਰ ਸਟ੍ਰੈਟਜੀ ਜੀ। ਡਾਇਵਰਸ ਰਾਈਡਿੰਗ ਹੈ ਤੁਹਾਡੀ, ਮਿਸੀਸਾਗਾ ਐਂਡ ਬ੍ਰੈਂਪਟਨ ਬੋਥ ਆਰ ਵੈਰੀ ਡਾਇਵਰਸ ਕਮਿਊਨਿਟੀਜ਼ ਐਜ਼ ਵੀ ਆਲ ਨੋ। ਇਹ ਡਾਇਵਰਸਿਟੀ ਦਾ ਇਸ਼ੂ ਦੇ ਵਿੱਚ ਕਦੀ ਕਦੀ ਲੈਂਗੁਏਜ ਦੇ ਇਸ਼ੂਜ਼ ਆ ਜਾਂਦੇ ਨੇ। ਇੰਗਲਿਸ਼ ਇਜ਼ ਨੋਟ ਫਸਟ ਲੈਂਗੁਏਜ ਫਾਰ ਮੈਨੀ ਫੈਮਿਲੀਜ਼ ਹੂ ਮਾਈਗ੍ਰੇਟ, ਉਹ ਕਿਸ ਤਰ੍ਹਾਂ ਤੁਸੀਂ ਐਡਰੈਸ ਕਰਦੇ ਹੋ ਸਪੈਸ਼ਲੀ ਇਲੈਕਸ਼ਨ ਟਾਈਮ, ਕਿ ਉਹ ਇਸ਼ੂਜ਼ ਨੂੰ ਸਮਝਣ, ਤੁਹਾਡੇ ਨਾਲ ਗੱਲਬਾਤ ਕਰ ਸਕਣ? ਮੈਂ ਪਹਿਲਾਂ ਤਾਂ ਮੈਂ ਸਮਝਦਾ ਜੀ, ਦੇਖੋ ਸਾਰਾ ਇੰਟੀਰੀਅਰ ਹੀ ਡਿਵਰਸ ਆ, ਇਸ ਕਰਕੇ ਸਾਨੂੰ ਹਰ ਇੱਕ ਬੰਦੇ ਦੇ ਨਾਲ ਕਨੈਕਟ ਕਰਨ ਦੇ ਲਈ ਸਾਨੂੰ ਉਹਨਾਂ ਲੈਂਗੁਏਜ ਜਿਹੜੇ ਲੈਂਗੁਏਜ ਉਹ ਬੋਲਦੇ ਆ ਜੀ, ਉਹਨਾਂ ਨਾਲ ਹੀ ਕਨੈਕਟ ਕਰਨ ਦੀ ਲੋੜ ਆ। ਅਤੇ ਇਸ ਕਰਕੇ ਸਾਡੀ ਗਵਰਨਮੈਂਟ ਨੇ ਜੀ, ਸਾਡੀ ਮਤਲਬ ਸਾਡੀ ਪਾਰਟੀ ਨੇ ਇਹ ਡਿਸਾਈਡ ਕੀਤਾ ਸੀਗਾ ਕਿ ਹਰ ਇੱਕ ਲੈਂਗੁਏਜ ਵਿੱਚ ਬਰੋਸ਼ਰ ਹੋਣ ਤਾਂ ਕਿ ਲੋਕ ਸਮਝ ਸਕਣ ਕਿ ਸਾਡਾ ਪਲੇਟਫਾਰਮ ਕੀ ਆ। ਜਿੱਦਾਂ ਅਸੀਂ ਉਰਦੂ ਦੇ ਵਿੱਚ ਵੀ ਬਣਾਇਆ ਜੀ ਬਰੋਸ਼ਰ ਜੀ ਸਰ, ਅਤੇ ਅਸੀਂ ਮੈਂਡਰਿਨ ਦੇ ਵਿੱਚ ਵੀ ਬਣਾਇਆ, ਅਤੇ ਇਹਦੇ ਨਾਲ ਨਾਲ ਹਿੰਦੀ ਵਿੱਚ ਵੀ ਬਣਾਇਆ ਜੀ, ਅਤੇ ਪੰਜਾਬੀ ਵਿੱਚ ਵੀ ਬਣਾਇਆ, ਅਤੇ ਇਹਦੇ ਨਾਲ ਹੋਰ ਵੀ ਲੈਂਗੁਏਜ ਦੇ ਵਿੱਚ ਹੈਗੇ ਜੀ ਬਰੋਸ਼ਰ। ਮੈਂ ਤਾਂ ਸਿਰਫ ਤੁਹਾਨੂੰ 4 ਐਗਜ਼ਾਮਪਲ ਦਿੱਤੀਆਂ, ਅਤੇ ਪੁਰਚੁਗੀਜ਼ ਵਿੱਚ ਹੈ, ਸਪੈਨਿਸ਼ ਵਿੱਚ ਹੈ, ਹਰ ਇੱਕ ਲੈਂਗੁਏਜ ਦੇ ਵਿੱਚ ਜਿਹੜੇ ਬਰੋਸ਼ਰਸ ਆ ਉਹ ਅਵੇਲੇਬਲ ਆ। ਅਤੇ ਉਹਦਾ ਬੇਸਿਕਲੀ ਮਤਲਬ ਇਹ ਹੈ ਜੀ, ਤਾਂ ਕਿ ਹਰ ਇੱਕ ਬੰਦੇ ਨੂੰ ਭਾਵੇਂ ਉਹਦੀ ਕੋਈ ਵੀ ਬੈਕਗ੍ਰਾਉਂਡ ਹੋਵੇ, ਉਹਨਾਂ ਨੂੰ ਇਹ ਪਤਾ ਲੱਗ ਸਕੇ ਕਿ ਸਾਡਾ ਪਲੇਟਫਾਰਮ ਕੀ ਆ ਅਤੇ ਸਾਡੇ ਫਿਊਚਰ ਦੇ ਵਿੱਚ ਸਾਡੀਆਂ ਪਲੈਨਸ ਇੰਟੀਰੀਅਰ ਦੇ ਲਈ ਕੀ ਆ। ਵਾਟ ਇਸ਼ੂਜ਼ ਯੋਰ ਪਾਰਟੀ ਔਰ ਯੂ ਸਟੈਂਡ ਫੋਰ ਇਨ ਪਰਟੀਕੂਲਰ? ਮੈਂ ਕਹਿਣਾ ਚਾਹੁੰਦਾ ਜੀ, ਦੇਖੋ ਪਹਿਲਾਂ ਤਾਂ ਸਾਡੀ 43% ਆਫ ਦਾ ਪਾਪੂਲੇਸ਼ਨ ਇਜ਼ ਏਜਿੰਗ,
ਤੇ ਉਹਨਾਂ ਨੇ ਸੀਨੀਅਰਸ ਹੋ ਜਾਣਾ ਇਸ ਕਰਕੇ ਜਿਹੜੇ ਹੈਲਥ ਦੇ ਇਸ਼ੂ ਆ ਉਹ ਸਦਾ ਇੰਪੋਰਟੈਂਟ ਆ ਇਸ ਕਰਕੇ ਵੀ ਗੋਇੰਗ ਟੂ ਫੋਕਸ ਔਨ ਹੈਲਥ ਐਂਡ ਪਾਰਟੀਕੁਲਰਲੀ ਆਈ ਐਮ ਰੀਅਲੀ ਇੰਟਰਸਟਿਡ ਟੂ ਮੇਕ ਸ਼ੋਰ ਵੀ ਜਿਹੜੇ ਲੋਕਲ ਹਸਪੀਟਲਸ ਆ ਉਹ ਅਪਗ੍ਰੇਡ ਹੋਣ ਉਹਨਾਂ ਵਿੱਚ ਚੰਗੀਆਂ ਸਹੂਲਤਾਂ ਹੋਣ ਉੱਥੇ ਚੰਗੇ ਡਾਕਟਰ ਮਿਲਣ ਅਤੇ ਦੂਸਰਾ ਇਹ ਆ ਜੀ ਵੀ ਸਾਨੂੰ ਬੱਚਿਆਂ ਨੂੰ ਚੰਗੀ ਐਜੂਕੇਸ਼ਨ ਦੇਣ ਦੀ ਲੋੜ ਆ ਇਸ ਲਈ ਅਸੀਂ ਜਿਹੜੀ ਐਜੂਕੇਸ਼ਨ ਆ ਉਹਦੇ ਉੱਤੇ ਵੀ ਫੋਕਸ ਕਰਨਾ ਅਤੇ ਤੀਸਰਾ ਹੈ ਜੀ ਹਰ ਇੱਕ ਬੰਦੇ ਨੂੰ ਜੋਬ ਦੀ ਲੋੜ ਆ ਇਸ ਕਰਕੇ ਸਾਨੂੰ ਨਵੀਂ ਇੰਡਸਟਰੀਜ਼ ਨੂੰ ਬਣਾਉਣ ਦੀ ਲੋੜ ਆ ਤਾਂ ਕਿ ਉਹਦੇ ਵਿੱਚ ਨੀਸ਼ ਇੰਡਸਟਰੀਜ਼ ਅਸੀਂ ਬਣਾ ਕੇ ਚੰਗੀਆਂ ਜੋਬਸ ਕ੍ਰੀਏਟ ਕਰ ਸਕੀਏ ਅਤੇ ਮੈਂ ਬਾਕੀ ਜੀ ਮੈਂ ਜਦੋਂ ਡੋਰ ਟੂ ਡੋਰ ਜਾਂਦਾ ਤਾਂ ਦੋ ਹੋਰ ਇਸ਼ੂ ਜਿਹੜੇ ਸਾਹਮਣੇ ਆਉਂਦੇ ਆ ਇੱਕ ਤਾਂ ਹੈਗਾ ਆਟੋ ਇੰਸ਼ੋਰੈਂਸ ਦਾ ਅਤੇ ਦੂਜਾ ਹੈਗਾ ਟੈਂਪਰੇਰੀ ਲੇਬਰ ਏਜੰਸੀਜ਼ ਦਾ ਅਤੇ ਇਸ ਕਰਕੇ ਸਾਨੂੰ ਉਹਨਾਂ ਦੋਨਾਂ ਇਸ਼ੂਸ 'ਤੇ ਵੀ ਕੰਮ ਕਰਨ ਦੀ ਲੋੜ ਆ ਆਟੋਮੋਬਾਈਲ ਇੰਸ਼ੋਰੈਂਸ ਤੁਸੀਂ ਟੱਚ ਕੀਤਾ ਅਤੇ ਵਾਕਈ ਮੁੱਦਾ ਐਂਡ ਸਿੰਸ ਆਈ ਲਿਵ ਇਨ ਬ੍ਰੈਂਪਟਨ ਐਂਡ ਆਈ ਹੈਵ ਫਰੈਂਡਸ ਇਨ ਮਿਸਿਸਾਗਾ ਦਿਸ ਹੈਜ਼ ਬੀਨ ਅ ਇਸ਼ੂ ਫੋਰ ਅ ਵਾਈਲ ਐਂਡ ਵੀ ਹੈਵ ਡਿਸਕਸਡ ਇਟ ਔਨ ਆਰ ਸ਼ੋਅ ਵਿਦ ਯੂ ਆਲਸੋ ਅਤੇ ਸਰ ਚਾਹਾਂਗੇ ਇਹਦੇ 'ਤੇ ਹੱਲ ਕਰੋ ਇੱਕ ਵੈਰੀ ਇੰਟਰਸਟਿੰਗ ਪੁਆਇੰਟ ਮੈਂ ਤੁਹਾਡੇ ਵਿਚਾਰ ਲੈਣਾ ਚਾਹਾਂਗਾ ਲੋਟ ਆਫ ਕਨਫਿਊਜ਼ਨ ਹੈਜ਼ ਬੀਨ ਕ੍ਰੀਏਟਿਡ ਕਿ ਇਹ ਜਿਹੜੇ ਟੈਕਸ ਰਿਬੇਟਸ ਦੇ ਰਹੇ ਨੇ ਇੰਪਲੋਇਰਸ ਨੂੰ ਜਿਹੜੇ ਮੁਕਿੰਤੀ ਸਰਕਾਰ ਨੇ ਅਨਾਊਂਸ ਕੀਤੇ ਨੇ ਇਜ਼ ਇਟ ਫੋਰ ਨਿਊ ਕੈਨੇਡੀਅਨਸ ਲੈਂਡਡ ਇਮੀਗ੍ਰੈਂਟਸ ਨਿਊ ਕੈਨੇਡੀਅਨ ਸਿਟੀਜ਼ਨਸ ਵਿਰੋਧੀ ਪਾਰਟੀ ਤੁਹਾਡੀ ਵਿਰੋਧੀ ਪਾਰਟੀ ਉਹਨੂੰ ਫੋਰਨਰਸ ਵੀ ਕਹਿੰਦੀ ਉਹਨਾਂ ਨੂੰ ਮੈਂ ਜੇਸਨ ਕੈਨੀ ਸਾਹਿਬ ਨੂੰ ਵੀ ਪੁੱਛਿਆ ਟਿਮ ਹੁਡਕ ਨੂੰ ਵੀ ਪੁੱਛਿਆ ਵਾਟ ਇਜ਼ ਯੋਰ ਸਟੈਂਡ ਪੁਆਇੰਟ ਔਨ ਦੈਟ ਵੁੱਡ ਵੀ ਕੰਸੀਡਰ ਦੈਮ ਫੋਰਨਰਸ ਆਈ ਥਿੰਕ ਦੈਟਸ ਅ ਰੋਂਗ ਟਰਮ ਆਈ ਐਮ ਸੌਰੀ ਬਟ ਆਈ ਡੂ ਦੈਟ ਦੇਖੋ ਜੀ ਜਿੰਨੇ ਵੀ ਬੰਦੇ ਇੰਟੀਰੀਅਰ ਦੇ ਵਿੱਚ ਰਹਿੰਦੇ ਆ ਇੰਟੀਰੀਅਰ ਦੇ ਰੈਜ਼ੀਡੈਂਟਸ ਅਸੀਂ ਉਹਨਾਂ ਨੂੰ ਇੰਟੀਰੀਅਰ ਦੇ ਰੈਜ਼ੀਡੈਂਟ ਸਮਝਦੇ ਹਾਂ ਪਰ ਜਿਹੜੀ ਸਾਡੀ ਇਹ ਪੋਲਿਸੀ ਆ ਜੀ ਉਹ ਬੇਸਿਕਲੀ ਜਿਹੜੀ ਕੈਨੇਡੀਅਨਸ ਆ ਪਿਛਲੇ ਪੰਜ ਮਤਲਬ ਕੈਨੇਡੀਅਨ ਕੈਨੇਡੀਅਨਸ ਆ ਜਾਂ ਉਹਨਾਂ ਕੋਲ ਕੈਨੇਡੀਅਨ ਸਿਟੀਜ਼ਨਸ਼ਿਪ ਹੈਗੀ ਆ ਅਤੇ ਪਿਛਲੇ 5 ਸਾਲਾਂ ਤੋਂ ਇੰਟੀਰੀਅਰ ਵਿੱਚ ਰਹਿ ਰਹੇ ਆ ਉਹਨਾਂ ਲਈ ਇਹ ਪ੍ਰੋਗਰਾਮ ਹੈਗਾ ਜੀ ਅਤੇ ਇਹ ਜਿਹੜੀ ਗ੍ਰਾਂਟ ਆ ਜਾਂ ਤੁਸੀਂ ਇਹ ਕਹਿ ਲਓ ਟੈਕਸ ਕ੍ਰੈਡਿਟ ਆ ਇਹ ਇੰਡੀਵਿਜੁਅਲ ਨੂੰ ਨਹੀਂ ਮਿਲਦਾ ਐਕਚੁਲੀ ਇਹ ਕੰਪਨੀਜ਼ ਨੂੰ ਮਿਲਦਾ ਤਾਂ ਕਿ ਉਹਨਾਂ ਦੇ ਜਿਹੜੇ ਸਕਿੱਲਸ ਆ ਜੀ ਇਹ ਮੋਸਟਲੀ ਜਿਹੜੇ ਬੰਦੇ ਆ ਜੀ ਇਹ ਬੇਸਿਕਲੀ ਪੁਆਇੰਟ ਸਿਸਟਮ 'ਤੇ ਆਏ ਆ ਪੁਆਇੰਟ ਸਿਸਟਮ ਦਾ ਮਤਲਬ ਹੈ ਜੀ ਇਹਨਾਂ ਸਕਿੱਲਸ ਦੀ ਡਿਮਾਂਡ ਇੰਟੀਰੀਅਰ ਜਾਂ ਕੈਨੇਡਾ ਦੇ ਵਿੱਚ ਹੈਗੀ ਹੈ ਅਤੇ ਜੇ ਇਹਨਾਂ ਇੰਟੀਰੀਅਰ ਜਾਂ ਕੈਨੇਡਾ ਦੇ ਵਿੱਚ ਇਹਨਾਂ ਦੀ ਡਿਮਾਂਡ ਨਾ ਹੁੰਦੀ ਤਾਂ ਇਹਨਾਂ ਨੂੰ ਪੁਆਇੰਟ ਬੇਸਿਸ 'ਤੇ ਇੱਥੇ ਨਹੀਂ ਸੀ ਲਿਆ ਸਕਦੇ ਜੇ ਇੱਥੇ ਆਏ ਆ ਤਾਂ ਸਾਨੂੰ ਇਹਨਾਂ ਦੇ ਸਕਿੱਲਸ ਦੀ ਲੋੜ ਆ ਤਾਂ ਆਈ ਥਿੰਕ ਇਟਸ ਇੰਪੋਰਟੈਂਟ ਫਾਰ ਅਸ ਬਈ ਇਹਨਾਂ ਨੂੰ ਸੁਸਾਇਟੀ ਵਿੱਚ ਇੰਟੀਗ੍ਰੇਟ ਕੀਤਾ ਜਾ ਸਕੇ ਤਾਂ ਕਿ ਆਪਣੇ ਪ੍ਰੋਫੈਸ਼ਨਸ 'ਤੇ ਕੰਮ ਕਰ ਸਕਣ ਅਤੇ ਇਸ ਲਈ ਇਹ ਪ੍ਰੋਗਰਾਮ ਕੀਤਾ ਜੀ 12 ਮਿਲੀਅਨ ਦਾ ਪ੍ਰੋਗਰਾਮ ਆ $112 billion ਬਜਟ ਦੇ ਵਿੱਚੋਂ ਅਤੇ ਸਾਡਾ ਛੋਟਾ ਜਿਹਾ ਇਨੀਸ਼ੀਏਟਿਵ ਦਾ ਤਾਂ ਕਿ ਜਿਹੜੇ ਸਕਿੱਲਡ ਇਮੀਗ੍ਰੈਂਟਸ ਆ ਵੈਰੀ ਸਕਿੱਲਡ ਇਮੀਗ੍ਰੈਂਟਸ ਆ ਉਹ ਸੁਸਾਇਟੀ ਦੇ ਵਿੱਚ ਇੰਟੀਗ੍ਰੇਟ ਹੋ ਸਕਣ ਮੇਰੇ ਖਿਆਲ ਸਾਨੂੰ ਸੁਸਾਇਟੀ ਨੂੰ ਡਿਵਿਸਿਵ ਨਹੀਂ ਕਰਨਾ ਚਾਹੀਦਾ ਜੀ ਸਗੋਂ ਹਰ ਇੱਕ ਬੰਦੇ ਨੂੰ ਕਾਮਯਾਬ ਕਰਨ ਦੀ ਕੋਸ਼ਿਸ਼ ਕਰਨੀ ਚਾਹੀਦੀ ਆ ਐਬਸੋਲਿਊਟਲੀ ਲੇਕਿਨ ਮੈਂ ਫਿਰ ਆਵਾਂਗਾ ਇਸ ਟਰਮ ਦੇ ਉੱਤੇ ਨਿਊ ਕੈਨੇਡੀਅਨਸ ਇਟ ਹੈਜ਼ ਹਰਟ ਮੈਨੀ ਮੈਨੀ ਪੀਪਲ ਐਂਡ ਆਮ ਨੋਟ ਟਾਕਿੰਗ ਫਰੋਮ ਅ ਸਾਊਥ ਏਸ਼ੀਅਨ ਪੁਆਇੰਟ ਆਫ ਵਿਊ ਆਮ ਟਾਕਿੰਗ ਸਰ ਉਹਨਾਂ ਨੂੰ ਕਦੋਂ ਤੱਕ ਨਿਊ ਕੈਨੇਡੀਅਨਸ ਜਾਂ ਉਹਨਾਂ ਨੂੰ ਈਵਨ ਵਰਸ ਫੋਰਨਰਸ ਕਿਹਾ ਜਾਏਗਾ ਐਕਚੁਲੀ ਜੀ ਆਈ ਐਮ ਨੋਟ ਸ਼ੋਰ ਵੈਨ ਏ ਕੈਨੇਡੀਅਨ ਬਿਕੇਮ ਏ ਫੋਰਨਰ ਰਾਈਟ ਕੈਨੇਡੀਅਨ ਇਜ਼ ਏ ਕੈਨੇਡੀਅਨ ਰਾਈਟ ਡਜ਼ਨਟ ਮੈਟਰ ਉਹਦੀ ਕੀ ਬੈਕਗਰਾਊਂਡ ਆ ਕਿੱਥੋਂ ਆਏ ਆ ਕਦੋਂ ਆਏ ਆ ਮਤਲਬ ਕੈਨੇਡੀਅਨ ਇਜ਼ ਏ ਕੈਨੇਡੀਅਨ ਐਂਡ ਆਈ ਥਿੰਕ ਇਟਸ ਇੰਪੋਰਟੈਂਟ ਫਾਰ ਅਸ ਟੂ ਐਕਚੁਲੀ ਟਰਾਈ ਟੂ ਇੰਟੀਗ੍ਰੇਟ ਐਂਡ ਟਰਾਈ ਟੂ ਯੂਟੀਲਾਈਜ਼ ਦੇਅਰ ਸਕਿੱਲਸ ਰਾਦਰ ਦੈਨ ਟਰਾਈਂਗ ਟੂ ਕ੍ਰੀਏਟ ਅ ਡਿਵਿਸਿਵ ਸੋਸਾਇਟੀ Thank you very much, sir. Yeah, thank you. Good luck in days ahead. God bless you. Thank you very much. And I want to thank you for your incredible support. जब लड़की अपनी स्किन की वजह से परेशान हो तो फिकर की क्या बात है लेजर स्पॉट है ना लेजर स्पॉट फोटो फेशियल थर्माज एंटी-एजिंग लेजर हेयर रिमूवल लेजर स्पॉट Beauty meets elegant professionals. Laser Spot, Highway 10 or Queens ke Sangam par. Call Sheila 905-487-2680. Welcome to the Blue Green Systems. Would you like to receive a check from the Government of Ontario for the next 20 years? Well, you can. By having Blue Green Systems install the solar panels on your rooftop. It's that easy. ਮੈਂ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦਾ ਤੁਸੀਂ ਮੈਨੂੰ ਪਿਛਲੇ 8 ਸਾਲਾਂ ਦੇ ਵਿੱਚ ਤੁਹਾਡਾ MPP ਬਣਨ ਦਾ ਮੌਕਾ ਦਿੱਤਾ ਮੈਂ ਇਸ ਵਾਰੀ ਫਿਰ ਤੁਹਾਡਾ ਮੈਂ ਵਿਸ਼ਵਾਸ ਮੰਗਦਾ ਹਾਂ ਮੈਂ ਇਲੈਕਸ਼ਨ ਤਾਂ ਲੜ ਰਿਹਾ ਕਿਉਂਕਿ ਸਾਡੀ ਸਰਕਾਰ ਦੀਆਂ ਬਹੁਤ ਜ਼ਿਆਦਾ ਪ੍ਰਾਪਤੀਆਂ ਨੇ ਅਤੇ ਮੈਂ ਪ੍ਰਾਪਤੀਆਂ ਨੂੰ ਗੁਆਉਣਾ ਨਹੀਂ ਚਾਹੁੰਦਾ ਮੇਰਾ ਕੈਂਪੇਨ ਆਫਿਸ ਖੁੱਲ੍ਹ ਗਿਆ ਹੈ ਅਤੇ ਮੈਂ ਹੱਥ ਬੰਨ ਕੇ ਤੁਹਾਡੀ ਬੇਨਤੀ ਕਰਦਾ ਵੀ ਪਲੀਜ਼ ਮੇਰੀ ਕੈਂਪੇਨ ਦੀ ਹੈਲਪ ਕਰੋ ਮੈਂ ਤੁਹਾਡਾ ਬਹੁਤ ਬਹੁਤ ਧੰਨਵਾਦੀ ਹਾਂ ਸਤਿ ਸ਼੍ਰੀ ਅਕਾਲ ਜਦੋਂ ਤੁਹਾਡਾ ਐਕਸੀਡੈਂਟ ਹੋ ਜਾਂਦਾ ਹੈ ਤੁਹਾਡੇ ਪਾਸ ਕਈ ਤਰ੍ਹਾਂ ਦੇ ਸਵਾਲ ਹੁੰਦੇ ਹਨ
ਕਦੇ ਵੀ ਆਪਣਾ ਕਲੇਮ ਆਪਣੇ ਆਪ ਸੈਟਲ ਕਰਨ ਦੀ ਕੋਸ਼ਿਸ਼ ਨਾ ਕਰੋ ਆਪਣੇ ਹੱਕਾਂ ਲਈ ਇੱਕ ਬਹੁਤ ਹੀ ਤਜਰਬੇਕਾਰ ਪਰਸਨਲ ਇੰਜਰੀ ਲਾਇਰ ਰਮੇਸ਼ ਸੰਗਾ ਨੂੰ ਮਿਲੋ ਤੁਰੰਤ ਸਾਡੀਆਂ ਸੇਵਾਵਾਂ ਲਿਆਓ ਤੇ ਵਧੀਆ ਤੋਂ ਵਧੀਆ ਮੁਆਵਜ਼ਾ ਲਓ ਹਮ ਰੀਅਲ ਸਟੇਟ ਫੈਮਿਲੀ ਲਾਅ ਔਰ ਇਮੀਗ੍ਰੇਸ਼ਨ ਮੇਂ ਵੀ ਸਰਵਿਸਿਜ਼ ਦੇਤੇ ਹੈਂ 905-670-9911 अपने कारोबार की तरक्की के लिए प्रिंट पब्लिसिटी और बेहतरीन प्रिंटिंग के लिए सिर्फ एक ही नाम जहां जदीद टेक्नोलॉजी से स्टोर फ्रंट साइंस चैनल लेटर्स बैनर्स रियल स्टेट साइंस सैंडविच बोर्ड्स व्हीकल ग्राफिक्स बिजनेस कार्ड्स पोस्ट कार्ड्स लेबल्स फ्लायर्स आपके बजट और आपके वक्त में बनाए जाते हैं आपका काम सिर्फ सोचना है क्योंकि प्रिंट योर थॉट्स साइंस टू गो Welcome to the Blue Green Systems. Kee tusi interior sarkar ko vi saath tak check lena chahunde ho? Hoti jankari layi, saadi screen te likhe hoye number te saanu contact karo. ਮੇਰਾ ਦਲਵੀਰ ਸਿੰਘ ਕਥੂਰੀਆ ਮੈਂ ਬ੍ਰੈਂਪਟਨ ਵੈਸਟ ਤੋਂ NDP ਦਾ ਕੈਂਡੀਡੇਟ ਹਾਂ ਔਰ ਤੁਹਾਨੂੰ ਸਾਰਿਆਂ ਨੂੰ ਹੀ ਰਿਕੁਐਸਟ ਕਰਦਾ ਹਾਂ ਕਿ ਆਪਾਂ ਦੋ ਸਰਕਾਰਾਂ ਜਿਹੜੀਆਂ ਨੇ ਕਿ ਦੇਖ ਲਈਆਂ ਨੇ 8 ਸਾਲ ਆਪਣਾ PC ਪਾਰਟੀ ਨੇ ਆਪਣਾ ਪੂਰਾ ਜ਼ੋਰ ਲਾ ਕੇ ਤੁਹਾਡੀ ਸੇਵਾ ਕੀਤੀ ਹੈ ਔਰ 8 ਸਾਲ ਡਾਕਟਰ ਮੁਗੇਟੀ ਸਾਹਿਬ ਨੇ ਆਪਣੀ ਸਰਕਾਰ ਚਲਾਈ ਹੈ ਹੁਣ ਮੌਕਾ ਹੈ ਚੇਂਜ ਦਾ ਔਰ ਚੇਂਜ ਜਿਹੜੀ ਰਾਈਟ ਚੇਂਜ ਜਿਹੜੀ ਕਹਿੰਦੀ ਕਿ ਪੁੱਟ ਦਾ ਪੀਪਲ ਫਸਟ ਆਪਾਂ ਹੁਣ ਸਾਰੇ ਇਕੱਠੇ ਹੋ ਕੇ NDP ਨੂੰ ਵੋਟ ਪਾਈਏ ਦਲਵੀਰ ਸਿੰਘ ਕਥੂਰੀਆ ਨੂੰ ਵੋਟ ਪਾਈਏ ਤਾਂ ਕਿ ਆਪਾਂ ਕੋਈ ਚੇਂਜ ਲਿਆ ਸਕੀਏ ਬ੍ਰੈਂਪਟਨ ਵਾਸਤੇ ਕੋਈ ਚੰਗਾ ਸੋਚ ਸਕੀਏ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਮੇਰਾ ਨਾਮ ਫਾਜ਼ੀਆ ਸਾਦਿਕ ਹੈ ਮੇਰਾ ਤਾਲੁਕ ਕਨਫੈਡਰੇਸ਼ਨ ਆਫ ਰੀਜਨਸ ਪਾਰਟੀ ਨਾਲ ਹੈ ਮੈਂ ਕੈਂਡੀਡੇਟ ਖੜੀ ਹਾਂ ਬ੍ਰੈਂਪਟਨ ਸਪ੍ਰਿੰਗਡੇਲ ਤੋਂ ਪ੍ਰੋਵਿੰਸ਼ੀਅਲ ਇਲੈਕਸ਼ਨ 2011 ਲਈ ਮੇਰਾ ਮਕਸਦ ਇਸ ਇਲੈਕਸ਼ਨ ਲੜਨ ਦਾ ਇਹ ਵੇ ਕਿ ਗਵਰਨਮੈਂਟ ਕਰਪਸ਼ਨ ਦੇ ਖਿਲਾਫ ਆਵਾਜ਼ ਬੁਲੰਦ ਕਰਨਾ ਅਤੇ ਨਾਲੇ ਜਿਹੜੀਆਂ ਕਲੋਜ਼ ਡੋਰਸ ਪਾਲਿਸੀਜ਼ ਬਣ ਰਹੀਆਂ ਨੇ ਕਿਸੇ ਦੇ ਨਾਲ ਸਲਾਹ ਕੀਤੇ ਬਗੈਰ ਪਾਲਿਸੀਆਂ ਬਣ ਰਹੀਆਂ ਨੇ ਇਹਦੇ ਖਿਲਾਫ ਆਵਾਜ਼ ਉਠਾਉਣਾ ਮੈਂ ਉਮੀਦ ਕਰਨੀ ਆ ਕਿ ਤੁਸੀਂ 6 ਅਕਤੂਬਰ ਨੂੰ ਇਲੈਕਸ਼ਨਸ ਦੇ ਵਿੱਚ ਮੈਨੂੰ ਵੋਟ ਪਾ ਕੇ ਤੇ ਕਾਮਯਾਬ ਕਰੋਗੇ ਫੋਰ ਮੋਰ ਇਨਫੋਰਮੇਸ਼ਨ ਪਲੀਜ਼ ਕੰਟੈਕਟ ਮੀ ਵਿਦ ਦ ਨੰਬਰਸ ਲੋਕੇਟਡ ਔਨ ਦ ਸਕਰੀਨ ਥੈਂਕ ਯੂ ਸੋ ਮੱਚ ਇਹ ਸਾਡੀ ਅੰਥਿਕ ਮਿਹਨਤ ਦਾ ਹੀ ਨਤੀਜਾ ਹੈ ਕਿ ਅਸੀਂ ਇੰਟੀਰੀਅਰ ਵਿੱਚ ਅਮਰੀਕਾ ਦੇ ਮੁਕਾਬਲੇ ਬਹੁਤ ਜੋਬਸ ਪੈਦਾ ਕੀਤੀਆਂ ਹਨ ਇੰਟੀਰੀਅਰ ਦਾ ਵਿਦਿਅਕ ਸਿਸਟਮ ਅੱਜ ਦੁਨੀਆ ਭਰ ਵਿੱਚ ਪਹਿਲੇ ਨੰਬਰ 'ਤੇ ਹੈ ਅਸੀਂ ਨਵੇਂ ਹਸਪਤਾਲ ਨਵੇਂ ਸਕੂਲ ਨਵੀਆਂ ਸੜਕਾਂ ਅਤੇ ਦਾ ਨਿਰਮਾਣ ਬੜੀ ਤੇਜ਼ੀ ਨਾਲ ਕਰ ਰਹੇ ਹਾਂ ਮੇਰੀ ਬੈਕਗ੍ਰਾਊਂਡ ਫਾਈਨੈਂਸ ਵਿੱਚ ਹੋਣ ਕਰਕੇ ਮੈਂ ਇਹ ਬੜੇ ਵਿਸ਼ਵਾਸ ਨਾਲ ਕਹਿ ਸਕਦਾ ਹਾਂ ਕਿ ਇੰਟੀਰੀਅਰ ਅੱਜ ਤਰੱਕੀ ਦੇ ਰਾਹ 'ਤੇ ਹੈ ਪਰ ਸਾਨੂੰ ਹਾਲਿਆਂ ਵੀ ਬਹੁਤ ਕੁਝ ਕਰਨ ਦੀ ਲੋੜ ਹੈ ਇਸ ਤਰੱਕੀ ਨੂੰ ਜਾਰੀ ਰੱਖਣ ਲਈ ਇਹਨਾਂ ਇਲੈਕਸ਼ਨਾਂ ਵਿੱਚ ਤੁਹਾਡੇ ਸਮਰਥਨ ਨਾਲ ਮੈਂ ਹਾਂ ਮਿਸੀਸਾਗਾ ਐਰਨਡੇਲ ਤੋਂ ਤੁਹਾਡਾ ਲਿਬਰ ਪਾਰਟੀ ਦਾ ਕੈਂਡੀਡੇਟ ਹਰਿੰਦਰ ਤੱਕਰ ਅਸੀਂ ਇੰਟੀਰੀਅਰ ਵਿੱਚ ਅਮਰੀਕਾ ਦੇ ਮੁਕਾਬਲੇ ਬਹੁਤ ਜੋਬਸ ਪ੍ਰੋਡਿਊਸ ਕੀਤੀਆਂ ਹਨ ਸਾਡਾ ਵਿੱਦਿਅਕ ਸਿਸਟਮ ਅੱਜ ਦੁਨੀਆ ਭਰ ਵਿੱਚ ਪਹਿਲੇ ਨੰਬਰ 'ਤੇ ਹੈ ਅਸੀਂ ਨਵੀਆਂ ਸੜਕਾਂ ਨਵੇਂ ਬ੍ਰਿਜਸ ਨਵੇਂ ਸਕੂਲ ਅਤੇ ਨਵੇਂ ਹੋਸਪਿਟਲ ਦਾ ਨਿਰਮਾਣ ਬਹੁਤ ਤੇਜ਼ੀ ਨਾਲ ਕਰ ਰਹੇ ਹਾਂ ਪਰ ਸਾਨੂੰ ਹਾਲਾਂ ਵੀ ਬਹੁਤ ਕੁਝ ਕਰਨ ਦੀ ਲੋੜ ਹੈ ਇਸ ਲਈ ਆਉਣ ਵਾਲੀਆਂ ਇਲੈਕਸ਼ਨਾਂ ਵਿੱਚ ਤੁਹਾਡੇ ਸਹਿਯੋਗ ਨਾਲ ਮੈਂ ਹਾਂ ਮਿਸੀਸਾਗਾ ਐਰਨਡੇਲ ਤੋਂ ਤੁਹਾਡਾ ਲਿਬਰਲ ਕੈਂਡੀਡੇਟ ਹਰਿੰਦਰ ਤੱਕਰ ਓਨਟਾਰੀਓ ਦੇ ਵਿੱਚ ਵਸਣ ਵਾਲਾ ਅੱਜ ਹਰ ਵਿਅਕਤੀ ਪਰੇਸ਼ਾਨ ਹੈ ਮਾਪੇ ਆਪਣੇ ਛੋਟੇ ਬੱਚਿਆਂ ਦੇ ਭਵਿੱਖ ਨੂੰ ਲੈ ਕੇ ਪਰੇਸ਼ਾਨ ਨੇ ਬਜ਼ੁਰਗ ਆਪਣੇ ਭਵਿੱਖ ਨੂੰ ਲੈ ਕੇ ਪਰੇਸ਼ਾਨ ਨੇ ਨੌਜਵਾਨਾਂ ਦੇ ਕੋਲ ਨੌਕਰੀਆਂ ਨਹੀਂ ਹੈਲਥ ਸੇਵਾਵਾਂ ਦਾ ਇਸ ਵੇਲੇ ਮੰਦਾ ਹਾਲ ਹੈ ਤੇ ਆਟੋ ਇੰਸ਼ੋਰੈਂਸ ਅਸਮਾਨ ਛੂ ਰਹੀ ਹੈ ਇਹਨਾਂ ਸਾਰੀਆਂ ਸਮੱਸਿਆਵਾਂ ਦਾ ਹੱਲ ਆਓ ਇੱਕ ਜ਼ੋਰਦਾਰ ਆਵਾਜ਼ ਕੁਈਨਸ ਪਾਰਕ ਦੇ ਵਿੱਚ ਪਹੁੰਚਾਈਏ ਪੈਮ ਹੁੰਦਲ ਬ੍ਰੈਂਪਟਨ ਸਪ੍ਰਿੰਗਡੇਲ ਤੋਂ PC ਦੇ ਉਮੀਦਵਾਰ ਔਨ ਅਕਟੋਬਰ 6th Vote for Pam Hundle, PC candidate, Brampton Springdale. Thank you. Thank you.
Jay Levac has issued a statement claiming he misspoke. I presume he doesn't speak for Mr. McGinty's campaign any more than Randy Hillier speaks for yours. But do you think that he should be taken at his word that he misspoke, or do you think he accidentally revealed their true secret plan? I mean, clearly, this is the junior energy minister, the parliamentary assistant minister of energy. He's obviously seen that a carbon tax is on the table for the McGinty Liberals. And, you know, families at the Grey Walls, that's $500 more in a carbon tax, because it'll put a tax on gas, heat, hydro. Families just can't afford it. I think Dave Levac just told the truth, and today is Dalton McGinty's moment of truth. Will he do what I did and actually send a letter to the chief electoral officer telling us what his real tax plans are? But I think we know it's a carbon tax, and it might be an HST increase as well. Should teachers be able to take time out from their classes to campaign for the Liberals or for a Liberal candidate? Well, you know, I think that's something that you know, that they'll decide individually and within boards and within schools. But here's the issue that that I do have. You know, there's a lot of teachers who are supporting the Ontario PC Party. Proud to say I come from a family of teachers. My dad's a retired high school principal. Mom was a special needs teacher. But they're seeing an increase, basically a tax of $60 in their union dues to run ads against the PCs in favor of the Liberals. I think that's wrong. And that's why actually in our change book plan, we'll give the rights to union members to say no to their union dues being used for political campaigns that they don't support. I think that's right. Put more transparency and democracy into our system. Dave Levac's not the only one who's misspoke during, or claims he's misspoken during this campaign. A couple of your candidates had to backtrack on a few things they said. And he clearly says that he does not support a carbon tax, or that a carbon tax is not on the table now. You're saying you just don't believe that. But why doesn't he have the opportunity to clarify what he said, as your candidates have done? You know, I've known Dave Levac, boy, for over 10 years. Different party. I like Dave Levac. I think he's just being honest. He's probably a little too honest for the McGinty team. There's no doubt the Liberals want to bring in a carbon tax. That'll be a $500 tax on families like the Grey Ones. And you know what? It's not just Dave Levac, who's their parliamentary assistant minister of energy, basically their junior energy minister. They've had their innovation research minister, Glenn Murray, talk about bringing a carbon tax. Their environment minister, John Gerritsen, has talked about a carbon tax. Many of their candidates have talked about a carbon tax. I mean, it's pretty clear. Dalton McGinty is going to bring in a carbon tax. I think today's his moment of truth. Will he be honest about it? Will he just at least tell the truth to Ontario families and send a letter to the chief electoral officer telling us exactly what taxes are going to increase? Tim, isn't it as unfair, what you're saying is as unfair as what the Liberals said when they called you, quote, a junior health minister, which, as you know, is incorrect. You were not a junior health minister. You were a PA, and Levac is a PA. He's not a junior health minister. We don't have those in Ontario. But isn't it as unfair to say that you were a quote-unquote junior health minister when Paris was closing hospitals for you to say that Levac is going to do something which I don't think anyone really believes they're going to do it? Oh, I think they do. I think Dave Levac is just being honest and probably a little too honest for the Liberal strategy. They've talked very clearly about this new carbon tax that will hit families like the Grey Walls with a $500 tax hike. But Dave Levac is, what, the fourth, the fifth person that's talked about this for the Liberals, including two of their cabinet ministers? I mean, it's pretty clear. I just think Dalton McGinty should just be honest. He should tell families he's going to increase their taxes. I think people are tired of Dalton McGinty, who basically says he won't increase taxes, and then once he's elected, increases taxes. People respect Dalton McGinty more if he sent a letter to the chief electoral officer telling us the truth about his carbon tax plans, any other tax hike plans he has. Yeah, but Tim, by that logic, that's saying that if you become premier, you're going to close hospitals because you were a quote-unquote junior health minister when the previous Tory government closed hospitals. Isn't that unfair? This is, you know, what we saw last night was the parliamentary assistant to the Minister of Energy basically saying twice that a carbon tax is on the table, that the Liberals are looking at a carbon tax. Glenn Murray, their research and innovation minister, had a famous quote not too long ago where he said Ontario families should get used to two words, carbon tax. And we've seen his environment minister say a carbon tax is worth looking at. And Dalton McGinty himself was a big cheerleader when the former Liberal leader nationally, Stéphane Dion, wanted a carbon tax. Listen, if they love the carbon tax so much, and they have all these guys that are cheerleading for it, just be honest with people.
Just tell them the carbon tax is coming. Ontario families can then decide if they like it or not. But don't try to hide this from people. People are tired of Dalton McGuinty's old game where he says he wants to increase taxes but has secret plans to do so. Dave Levac is just being honest. Sir, can While we're clarifying things then, can we clear up exactly what your government would do with Nanticoke? Would you keep burning coal at that plant as one of your MPPs suggested in a session with the Hamilton Spectator? No, let's be clear. I mean, Toby indicated what our plan is. Our plan is to get out of coal by 2014, but to still use a Nanticoke site. In fact, we have a proposal from the power workers unions to convert it to natural gas. We'll look at biomass as well. It just seems to be sensible, if you're going to close down the coal sites, to use the sites for other types of energy production. You already have the transmission lines in place, the community is supportive. And that's a much better idea than Dalton McGuinty's approach of trying to put gas plants in communities like Oakville. Sir, have Tim, you been on? Mr. Agarwal brought the auto insurance issue and told you that why would the good driver be penalized for fraud and stuff. I'm sure that nothing is in your letter that's given to Mr. Agarwal about the auto insurance, that concern he raised. Is your government, if you're elected, ready to sort of pass legislation or regulate the insurance companies not to increase the premium on the good drivers? Well, here's what we're going to do. Regardless of the area code or postal code they live in? Here's what we're going to do, and it's in our change book plan. We're going to shut down the fraudulent operations, people who are scamming the system and driving up rates for honest, law-abiding families who are seeing auto insurance go through the roof. So yes, we'll bring in a bill to do so. And here's the problem. You know, we're seeing shady operators who are having phony clients and running up the bills that get passed on to you and your auto insurance premiums. We're seeing shady clinics. We're seeing people stage phony accidents. We're seeing kickbacks to tow truck drivers to take people to the shady clinics. And what's Dalton McGuinty do? He's buried his head in the sand. He said there's nothing wrong here. He has not had the courage to take on fraud in the auto insurance system, which is up to $1.3 billion in fraud. Pam Hundle and I will close down the phony operators, we'll shut down the shady clinics, and we'll pass on the savings in your auto insurance premium.